ਮਹਾਰਾਜ ਚਾਲਾ ਪਾ ਕੇ ਸੱਚਖੰਡ ਹਜ਼ੂਰ ਸਾਹਿਬ ਦੀ ਜਾ ਧਰਤੀ ਤੇ ਭਾਗ ਲਾਏ। ਗੋਦਾਵਰੀ ਦੇ ਕੰਢੇ ਤੇ ਬੈਰਾਗੀ ਸਾਧ ਨੂੰ ਬੰਦੇ ਨੂੰ ਉਪਦੇਸ਼ ਦੇ ਕੇ ਉਹਦੀ ਕਾਇਆ ਕਲਪ ਕਰਕੇ ਉਹਨੂੰ ਸਿੰਘਾਂ ਦਾ ਜਰਨੈਲ ਬਣਾ ਕੇ ਪੰਜ ਸਿੰਘ ਭਾਈ ਬਾਜ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ, ਭਾਈ ਰਣ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਕਾਨ ਸਿੰਘ ਜੀ, ਇਹ ਜਥੇਦਾਰ ਪੰਜ ਸਿੰਘਾਂ ਨੂੰ ਮਹਾਰਾਜ ਨੇ ਥਾਪਿਆ ਔਰ ਬੰਦੇ ਨੂੰ ਕਿਹਾ ਵੀ ਖਾਲਸੇ ਦੀ ਥਾਪਿਆ ਰਹੀਂ, ਪੰਥ ਤੋਂ ਵੱਡਾ ਨਾ ਬਣੀ, ਪੰਥ ਦੇ ਉੱਤੇ ਹੁਕਮ ਨਾ ਚਲਾਈ, ਪੰਥ ਦਾ ਹੁਕਮ ਮੰਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਨੂੰ ਇੱਕ ਰੂਪ ਕਰਕੇ ਜਾਣੀ, ਅਸੀਂ ਖਾਲਸੇ 'ਚ ਵੱਸਾਂਗੇ, ਜੇ ਤੈਨੂੰ ਕੋਈ ਗੱਲ ਪੁੱਛਣੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੰਮੀ ਤੇਰੇ ਸਵਾਲਾਂ ਦਾ ਜਵਾਬ ਦਿਆਂਗੇ, ਜੇ ਸਾਡੇ ਦਰਸ਼ਨ ਕਰਨੇ ਹੋਣ ਤਾਂ ਖਾਲਸੇ ਦੇ ਦਰਸ਼ਨ ਕਰੀ ਸਾਡੇ ਦਰਸ਼ਨ ਹੋਣਗੇ। ਇੱਕ ਨਿਸ਼ਾਨ ਸਾਹਿਬ ਅਤੇ ਨਗਾਰਾ ਜੋ ਅੱਜ ਵੀ ਬੁੱਢੇ ਦਲ ਦੇ ਵਿੱਚ ਪੁਰਾਤਨ ਨਿਸ਼ਾਨ ਅਤੇ ਨਗਾਰਾ ਮੌਜੂਦ ਹੈ, ਉਹ ਨਿਸ਼ਾਨ ਸਾਹਿਬ ਅਤੇ ਨਗਾਰਾ ਬਾਬੇ ਬੰਦੇ ਬਹਾਦਰ ਨੂੰ ਦੇ ਕੇ ਬਾਬਾ ਵਿਨੋਦ ਸਿੰਘ ਜੀ ਨੂੰ ਜਥੇਦਾਰ ਥਾਪ ਕੇ ਕਲਗੀਧਰ ਪਾਤਸ਼ਾਹ ਹਜ਼ੂਰ ਸਾਹਿਬ ਨੂੰ ਤੋਰ ਦਿੱਤਾ। 25 ਸਿੰਘਾਂ ਦਾ ਜਥਾ ਨਾਲ ਸੀਗਾ, 5 ਸਿੰਘ ਜਥੇਦਾਰ ਸਨ। ਇਹ 25 ਸਿੰਘ ਬੜਾ ਲੰਮਾ ਪੈਂਡਾ, ਲਗਭਗ 2000 ਕਿਲੋਮੀਟਰ ਪੈਂਦਾ ਹਜ਼ੂਰ ਸਾਹਿਬ ਪੰਜਾਬ ਤੋਂ, ਉਹ ਸਾਰੀਆਂ ਨਦੀਆਂ ਨਾਲੇ ਦੇਸ਼ ਟੱਪਦੇ ਜੰਗਲਾਂ 'ਚੋਂ ਲੰਘਦੇ ਹੋਏ ਸਿੰਘ ਦਿੱਲੀ ਦੇ ਕੋਲ, ਦਿੱਲੀ ਤੋਂ ਬਾਂਗਰ ਵਾਲੇ ਪਾਸੇ ਨੂੰ 30 ਕੋਹ ਦੇ ਉੱਤੇ ਇੱਕ ਪਿੰਡ ਹੈ ਸ਼ੇਰੀ ਖੰਡਾ, ਸ਼ੇਰੀ ਖੰਡੇ ਆ ਉਤਰੇ ਨੇ ਅਤੇ ਇੱਥੇ ਪੜਾਅ ਕੀਤਾ ਹੈ। ਇੱਥੇ ਬੰਦੇ ਬਹਾਦਰ ਨੇ ਹੁਕਮਨਾਮੇ ਲਿਖੇ ਨੇ ਸ਼ੇਰੀ ਖੰਡੇ ਤੋਂ, ਜਿਹੜੇ ਹੁਕਮਨਾਮੇ ਦਸਮ ਪਾਤਸ਼ਾਹ ਜੀ ਨੇ ਲਿਖ ਕੇ ਭੇਜੇ ਨੇ ਪੰਜਾਬ ਨੂੰ। ਉਹਨਾਂ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਥਾਂ ਥਾਂ ਸਿੰਘਾਂ ਨੂੰ ਖਬਰ ਕੀਤੀ ਗਈ, ਖਾਲਸਾ ਜੀ ਫੌਜਾਂ ਤਿਆਰ ਬਰ ਤਿਆਰ ਹੋ ਜਾਓ, ਕਲਗੀਧਰ ਪਾਤਸ਼ਾਹ ਦਾ ਭੇਜਿਆ ਹੋਇਆ ਬੰਦਾ ਜਰਨੈਲ ਆ ਗਿਆ ਅਤੇ ਇਹਦੇ ਨਾਲ ਰਲ ਕੇ ਸਾਰੇ ਮੋਰਚੇ ਫਤਿਹ ਕਰਨੇ। ਉਹ ਜਿਹੜੇ ਹੁਕਮਨਾਮੇ ਨੇ ਮਾਝੇ ਦੇਸ਼ ਦੇ, ਮਾਲਵੇ ਦੇਸ਼ ਦੇ ਦੁਆਬੇ ਸਿੰਘ ਦੇ ਅਤੇ ਇੱਦਾਂ ਹੀ ਪੋਠੋਹਾਰ, ਧੰਨੀ ਘੇਪ, ਲੰਮਾ ਦੇਸ਼, ਨੱਕਾ ਦੇਸ਼ ਅਤੇ ਮੁਲਤਾਨ ਤੱਕ, ਕਸ਼ਮੀਰ ਤੱਕ ਦੇ ਸਿੱਖਾਂ ਦੇ ਤੱਕ ਪਹੁੰਚਾਏ ਗਏ ਨੇ, ਸਿੰਘ ਥਾਂ ਥਾਂ ਤਿਆਰ ਹੋ ਗਏ ਨੇ। ਉਹ ਸਮੇਂ ਦੀ ਹਾਲਾਤ ਨੂੰ ਹੁਣ ਲਿਖ ਰਿਹਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ, ਕਵੀ ਬਿਆਨ ਕਰ ਰਹੇ ਨੇ ਬੜੇ ਸੁੰਦਰ ਢੰਗ ਨਾਲ। ਸਰਵਣ ਕਰੋ ਸਾਰੀ ਸੰਗਤ, ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਬੰਦੋ ਚੜ ਉਤਰਿਓ ਸੇਹਰ ਖੰਡੋ ਗ੍ਰਾਮ। ਬਾਬਾ ਬੰਦਾ ਸਿੰਘ ਜੀ ਦੱਖਣ ਨੰਦੇੜ ਤੋਂ ਚੱਲ ਪਾ ਕੇ 25 ਸਿੰਘਾਂ ਦੇ ਨਾਲ ਨਿਸ਼ਾਨ ਸਾਹਿਬ ਦੇ ਤਾਬਿਆ ਸ਼ੇਰੀ ਖੰਡਾ ਪਿੰਡ ਜੋ ਹੈ ਬਾਂਗਰ ਦੇਸ਼ ਦੇ ਵਿੱਚ, ਦਿੱਲੀ ਤੋਂ ਲਗਭਗ 30 ਕਿਲੋਮੀਟਰ 30 ਮੀਲ ਦੀ ਵਿੱਥ ਤੇ ਹੈ, ਇੱਥੇ ਆ ਗਏ। ਚਿੱਠੇ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ। ਬਾਬੇ ਬੰਦੇ ਸਿੰਘ ਨੇ ਇੱਥੋਂ ਸਿੰਘਾਂ ਦੇ ਨਾਮਾਂ ਤੇ ਚਿੱਠੇ ਲਿਖ ਦਿੱਤੇ ਹਨ। ਜਿਹੜੇ ਜਿਹੜੇ ਸਿੰਘ ਮਾਝੇ 'ਚ ਰਹਿੰਦੇ ਨੇ, ਦੁਆਬੇ 'ਚ ਰਹਿੰਦੇ ਨੇ, ਮਾਲਵੇ 'ਚ ਰਹਿੰਦੇ ਨੇ, ਜਿਹੜੇ ਸਿੰਘ ਪਰਾਂ ਬਾਹਰ ਦੇਸ਼ ਦੇ 'ਚ ਰਹਿਣ ਵਾਲੇ, ਧੰਨੀ ਕੇਪ, ਲੰਮਾ ਦੇਸ਼, ਨੱਕਾ ਦੇਸ਼, ਸਾਰੇ ਮੁਲਕਾਂ ਵਿੱਚ ਸਿੰਘਾਂ ਦੇ ਜਥੇਦਾਰ ਰਹਿੰਦੇ ਨੇ, ਉਹਨਾਂ ਜਥੇਦਾਰਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ। ਜਾਓ ਭਾਈ ਤਬ ਬੰਦੇ ਜਾਓ ਲਿਖ ਫੁਰਮਾਇਓ। ਬਾਬੇ ਬੰਦੇ ਸਿੰਘ ਨੇ ਖਾਲਸੇ ਨੂੰ ਏਦਾਂ ਚਿੱਠੇ ਲਿਖੇ ਹਨ, ਦੇਸ਼ ਲੈਣ ਗੁਰ ਮੋਰ ਪਠਾਇਓ। ਖਾਲਸਾ ਜੀ ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਬ ਦਾ ਰਾਜ ਲੈਣ ਵਾਸਤੇ ਭੇਜਿਆ ਹੈ। ਸਿਰਹੰਦੀਆਂ ਕੀ ਜੜ ਪੁੱਟਣ ਧਾਇਆ। ਸਿੰਘੋ ਮੈਂ ਸਰਹੰਦ ਦੀ ਨੇਟ ਨਾਲ ਇੱਟ ਖੜਕਾਣ ਵਾਸਤੇ ਆਇਆ ਹਾਂ। ਪਰਬਤੀਆਂ ਕੋ ਮੈਂ ਮਾਰਨ ਆਇਆ। ਔਰ ਜਿਹੜੇ ਪਹਾੜੀ ਰਾਜਿਆਂ ਨੇ ਕਲਗੀਧਰ ਪਾਤਸ਼ਾਹ ਨਾਲ ਦਗੇ ਕੀਤੇ ਉਹਨਾਂ ਨੂੰ ਵੀ ਮੈਂ ਖਤ ਫਤਿਹ ਕਰਾਂਗਾ। ਮੈਂ ਹੋ ਉਸੀ ਪੁਰਖ ਕੋ ਦਾਸਾ। ਸਿੰਘੋ ਮੇਰੇ ਤੇ ਵਿਸ਼ਵਾਸ ਕਰੋ, ਮੈਂ ਉਸੇ ਕਲਗੀਧਰ ਪਾਤਸ਼ਾਹ ਦਾ ਦਾਸ ਹਾਂ। ਕਰਿਓ ਖਾਲਸਾ ਜਿਸੈ ਪ੍ਰਕਾਸ਼ਾ। ਜਿਸ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਰਚਿਆ ਹੈ ਮੈਂ ਉਹਦਾ ਦਾਸ ਹਾਂ। ਜਿਨ ਗੁਰ ਜੀ ਸੋ ਬੈਰ ਕਮਾਇਓ। ਜਿਨ੍ਹਾਂ ਜਿਨ੍ਹਾਂ ਨੇ ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਨਾਲ ਵੈਰ ਕੀਤੇ, ਦੁਸ਼ਮਣੀਆਂ ਕੀਤੀਆਂ ਨੇ, ਬਦਲੋ ਲੈ
ਨੈਣ ਤਿਸੈ ਮੈਂ ਆਇਓ। ਮੈਂ ਉਹਨਾਂ ਦੇ ਸ਼ਹੀਦਾਂ ਸਿੰਘਾਂ ਦੇ ਸਾਹਿਬਜ਼ਾਦਿਆਂ ਦੇ ਬਦਲੇ ਲੈਣ ਆਇਆ ਹਾਂ। ਤਿੰਨ ਤਿੰਨ ਕਹੋ ਮੈਂ ਮਾਰ ਗਵਾਊਂ, ਉਹਨਾਂ ਨੂੰ ਮੈਂ ਫਤਿਹ ਕਰਾਂਗਾ, ਮਾਰ ਕੇ ਮਿੱਟੀ ਚ ਮਿਲਾ ਦਿਆਂਗਾ, ਜਿਹਨਾਂ ਜਿਹਨਾਂ ਨੇ ਗੁਰੂ ਘਰ ਨਾਲ ਦਗੇ ਕੀਤੇ ਨੇ। ਤਾਂ ਸਤਿਗੁਰ ਕੋ ਬੰਦਾ ਸਦਾਉਂ, ਤਾਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੰਦਾ ਘੁਆਵਾਂਗਾ, ਜੇ ਮੈਂ ਆਪਣੇ ਨਿਸ਼ਾਨੇ ਨੂੰ ਪੂਰਾ ਕਰਾਂਗਾ। ਜਾਓ ਪੁਨ ਖਾਲਸਾ ਲਿਖੀ ਅਰਦਾਸ, ਇਸ ਤਰ੍ਹਾਂ ਦੀ ਅਰਦਾਸ ਚਿੱਠੀ ਬੇਨਤੀ ਸਿੰਘਾਂ ਦੇ ਚਰਨਾਂ ਵਿੱਚ, ਪੰਥ ਖਾਲਸੇ ਦੇ ਚਰਨਾਂ ਵਿੱਚ ਬਾਬੇ ਬੰਦੇ ਬਹਾਦਰ ਨੇ ਲਿਖੀ ਹੈ। ਭੇਜੇ ਜੋ ਗੁਰ ਨਿਜ ਸਿੱਖ ਖਾਸ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜ ਸਿੰਘ ਭੇਜੇ, ਉਹਨਾਂ ਦੇ ਦਸਖਤ ਕਰਵਾ ਕੇ। ਜਾਓ ਸਤਿਗੁਰ ਸੋ ਸਿੱਖ ਹੋ ਸਾਬਤ, ਔਰ ਇਹ ਜਿੱਥੇ ਲਿਖ ਦਿੱਤੇ ਹੈ ਬਾਬਾ ਵਿਨੋਦ ਸਿੰਘ ਜੀ, ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਨੌਵੀਂ ਪੀੜ੍ਹੀ ਵਿੱਚੋਂ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਜੀ ਦੀ ਨੌਵੀਂ ਪੀੜ੍ਹੀ ਸੀ ਬਾਬਾ ਵਿਨੋਦ ਸਿੰਘ ਜੀ। ਗੁਰੂ ਸਾਹਿਬ ਦੇ ਘਰ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਮਾਣ ਸੀਗਾ। ਉਹ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਸਿੰਘਾਂ ਨੂੰ ਜਾਣਦੇ ਸਨ, ਗੁਰੂ ਸਾਹਿਬਜ਼ਾਦੇ ਜੋ ਸਨ। ਬਾਬਾ ਵਿਨੋਦ ਸਿੰਘ ਜੀ ਨੇ ਥਾਂ ਥਾਈਂ ਚਿੱਠੀਆਂ ਪਹੁੰਚਾਉਣ ਦਾ ਯਤਨ ਕੀਤਾ, ਸਿੰਘਾਂ ਨੂੰ ਭੇਜ ਦਿੱਤਾ ਹੈ। ਸਾਹਿਬਜ਼ਾਦੇ ਬੈਰਹਿ ਬਾਬਤ, ਔਰ ਕਹਿ ਦਿੱਤਾ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ। ਆਏ ਦਇਓ ਬੰਦਾ ਕੋ ਸਾਥ, ਆਓ ਵੀ ਸਿੰਘੋ ਬੰਦੇ ਦਾ ਸਾਥ ਦਿਓ। ਇਹ ਬਾਬਾ ਵਿਨੋਦ ਸਿੰਘ ਜੀ ਹੁਕਮਨਾਮਾ ਲਿਖ ਰਹੇ ਨੇ ਵੀ ਇਹ ਬੰਦਾ ਜਿਹੜਾ ਗੁਰੂ ਸਾਹਿਬ ਨੇ ਭੇਜਿਆ ਹੈ, ਆਪਾਂ ਇਹਦੇ ਨਾਲ ਰਲ ਕੇ ਸਾਹਿਬਜ਼ਾਦਿਆਂ ਦਾ ਬਦਲਾ ਲਈਏ। ਗੁਰ ਕੋ ਸਿੱਖ ਸੋ ਸਿੱਖਣ ਭਰਾਤ, ਇਹ ਸਾਡਾ ਭਰਾ ਹੀ ਹੈ, ਇਹਦੇ ਤੇ ਸ਼ੱਕ ਨਹੀਂ ਕਰਨਾ, ਵਿਸ਼ਵਾਸ ਕਰਨਾ। ਗੁਰੂ ਸਾਹਿਬ ਨੇ ਇਹਨੂੰ ਭੇਜਿਆ, ਇਹ ਸਾਡਾ ਭਰਾ ਹੈ, ਜਰਨੈਲ ਹੈ ਸਾਡਾ। ਦੋਹਰਾ ਜੋ ਖਾਲਸੇ ਮੈਂ ਆ ਰਲੇ, ਪਾਤਸ਼ਾਹੀਓ ਵੱਡਾ ਹੋਏ। ਬਈ ਜਿਹੜਾ ਹੁਣ ਤੁਸੀਂ ਖਾਲਸੇ ਨਾਲ ਆ ਕੇ ਰਲੋਗੇ, ਜਿਹੜਾ ਜਿਹੜਾ ਬੰਦਾ ਵੀ ਆ ਕੇ ਰਲੇਗਾ, ਉਹ ਰਾਜ ਭਾਗ ਦਾ ਮਾਲਕ ਬਣੇਗਾ, ਬਲਕਿ ਪਾਤਸ਼ਾਹ ਨਾਲੋਂ ਵੀ ਵੱਡਾ ਪਾਤਸ਼ਾਹ ਬਣ ਜਾਏਗਾ, ਜਿਹੜਾ ਇਸ ਮੌਕੇ ਪੰਥ ਦਾ ਸਾਥ ਦੇਵੇਗਾ। ਜੋ ਖਾਲਸਾ ਸੋ ਨਹਿ ਮਿਲੈ ਰਹਿ ਪਛਤਾਵਤ ਓਏ, ਜਿਹੜਾ ਸਿੰਘਾਂ ਨਾਲ ਨਹੀਂ ਰਲੇਗਾ ਪਿੱਛੋਂ ਪਛਤਾਉਂਦਾ ਹੀ ਰਹਿ ਜਾਏਗਾ ਵੀ ਅਸੀਂ ਕਿਉਂ ਨਹੀਂ ਗਏ ਸਰਹੰਦ ਫਤਿਹ ਕਰਨ ਵਾਸਤੇ। ਕਾਬਲ ਆਓ ਕੰਧਾਰ ਲਓ ਨੱਠਾ ਭੱਖਰ ਦਾਈ, ਕਾਬਲ ਕੰਧਾਰ ਠੱਠਾ ਠੱਠੇ ਭੱਖਰ ਸਿੰਧ ਬਲੋਚਿਸਤਾਨ ਤੱਕ ਸਿੱਖ ਰਹਿੰਦੇ ਨੇ। ਪੂਰਬ ਦੱਖਣ ਉੱਤਰ ਸੋ ਚਿੱਠੇ ਦਏ ਪਹੁੰਚਾਏ, ਪੂਰਬ ਉੱਤਰ ਦੱਖਣ ਸਾਰੇ ਪਾਸੇ ਜਿੱਧਰੋਂ ਜਿੱਧਰੋਂ ਸਿੰਘਾਂ ਦੇ ਆਉਣ ਦੀ ਉਮੀਦ ਸੀਗੀ ਵੀ ਸਿੰਘ ਪਹੁੰਚ ਸਕਦੇ ਆ, ਦੂਰ ਦੂਰ ਤੱਕ ਬਾਬਾ ਬੰਦਾ ਸਿੰਘ ਨੇ, ਬਾਬਾ ਵਿਨੋਦ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਰਣ ਸਿੰਘ ਜੀ, ਰਾਮ ਸਿੰਘ ਜੀ ਆਪਣੇ ਸੈਨ ਕਰਕੇ ਪੰਜਾਂ ਪਿਆਰਿਆਂ ਨੇ ਇਹ ਚਿੱਠੇ ਭੇਜ ਦਿੱਤੇ ਹੈ। ਚਾਓ ਭਾਈ ਜੋ ਜੋ ਸਿੱਖ ਹੈ ਗੁਰ ਕੋ ਪੂਰੋ, ਸਾਰਿਆਂ ਨੂੰ ਲਿਖ ਦਿੱਤਾ ਹੈ ਵੀ ਜਿਹੜਾ ਗੁਰੂ ਕਾ ਪੂਰਾ ਸਿੱਖ ਹੈ, ਸਿਆਦਨ ਬੈਰ ਲੈਣ ਆਓ ਜ਼ਰੂਰੋ, ਉਹਦੇ ਵਾਸਤੇ ਉਹਦਾ ਫਰਜ਼ ਬਣਦਾ ਵੀ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਵੇ। ਜਿਹੜਾ ਆਪਣੇ ਆਪ ਨੂੰ ਕਲਗੀਧਰ ਦਾ ਸਿੱਖ ਕਹਾਉਂਦਾ ਉਹਨੂੰ ਜ਼ਰੂਰ ਆਉਣਾ ਚਾਹੀਦਾ। ਜੋ ਜੀਵਗ ਸੋ ਪਾਓਗੋ ਰਾਜ, ਜਿਹੜਾ ਭਾਈ ਇਹ ਜੰਗ ਜਿੱਤ ਜਾਏਗਾ, ਜਿਉਂਦਾ ਰਹਿ ਜਾਏਗਾ, ਰਾਜ ਪ੍ਰਾਪਤ ਕਰੇਗਾ। ਜਾਊਗੋ ਮਰ ਹੋਊਗੋ ਅਗਲੋ ਕਾਜ, ਜੇ ਸ਼ਹੀਦ ਹੋ ਗਿਆ ਤੇ ਦਰਗਾਹ ਵਿੱਚ ਸੁਰਖਰੂ ਹੋ ਜਾਏਗਾ, ਦੋਵੇਂ ਪਾਸੇ ਸੂਰਮਿਆਂ ਦੇ ਲੱਡੂ ਹੁੰਦੇ ਆ, ਜੇ ਜੰਗ ਜਿੱਤ ਜਾਣ ਤੇ ਰਾਜ ਕਰਦੇ ਆ, ਜੇ ਮਾਰੇ ਜਾਣ ਤੇ ਸਵਰਗ ਭੋਗਦੇ ਆ। ਐਸੀ ਭੇਜੀ ਲਿਖ ਅਰਦਾਸ, ਇਸ ਤਰ੍ਹਾਂ ਦੀ ਚਿੱਠੀ ਅਰਦਾਸ ਚਿੱਠੀ ਨੂੰ ਕਹਿੰਦੇ ਆ ਖਾਲਸਾ ਜੀ, ਬੋਲੇ ਪੁਰਾਤਨ ਸਿੰਘਾਂ ਦੇ। ਇੱਦਾਂ ਦਾ ਅਰਦਾਸਾ ਲਿਖ ਕੇ ਖਾਲਸੇ ਪੰਥ ਨੇ ਸਿੰਘਾਂ ਵੱਲ ਭੇਜ ਦਿੱਤਾ। ਭੇਜੀ ਖਾਲਸਾ ਖਾਲਸਾ ਪਾਸ, ਖਾਲਸੇ ਨੇ ਖਾਲਸੇ ਕੋਲ ਅਰਦਾਸ ਭੇਜੀ ਹੈ, ਖਾਲਸੇ ਨੂੰ ਕਿਹਾ ਹੈ ਵੀ ਸਿੰਘੋ ਇਹ ਮੌਕਾ ਨਹੀਂ ਖੁਜਾਣਾ, ਇਹ ਦਸਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਦਾ ਮੌਕਾ ਹੈ। ਸੋ ਸੁਣ ਖਾਲਸੇ ਸਿਰ ਪਰ ਧਰੀ, ਜਿੱਥੇ ਜਿੱਥੇ ਸਿੰਘਾਂ ਨੂੰ ਹੁਕਮਨਾਮੇ ਪਹੁੰਚੇ ਨੇ, ਸਿੰਘਾਂ ਨੇ ਉਹ ਲੈ ਕੇ ਸਿਰ ਤੇ ਰੱਖ ਲਏ ਨੇ। ਤੁਰਤ ਰਲਣ ਕੀ ਤਿਆਰੀ ਕਰੀ, ਮਾਝੇ ਮਾਲਵੇ ਦੁਆਬੇ ਪੋਠੋਹਾਰ ਧਨੀ ਘੇਪ ਲੰਮਾ ਦੇਸ਼, ਦੂਰ ਦੂਰ ਤੋਂ ਸਿੰਘਾਂ ਨੇ ਤਿਆਰੀਆਂ ਕਸ ਲਈਆਂ ਨੇ। ਕਿਸੇ ਸਿੱਖ ਪਹਿ ਖਰਚ ਨਾ ਹੋਏ, ਕਈ ਸਿੰਘ ਗਰੀਬ ਸਨ, ਉਹਨਾਂ ਕੋਲ ਖਰਚਾ ਨਹੀਂ ਸੀ ਜਾਣ ਦਾ, ਰਾਹ ਦਾ, ਸਫ਼ਰ ਦਾ। ਬਿਨਾ ਖਰਚ ਵੰਡ ਖਾਵੇ ਸੋਏ, ਉਹ ਦੂਜਿਆਂ ਨੂੰ ਕਹਿੰਦੇ ਵੀ ਸਾਡੇ ਕੋਲ ਖਰਚਾ ਕੋਈ ਨਹੀਂ, ਉਹ ਕਹਿੰਦੇ ਕੋਈ ਨਹੀਂ ਸਿੰਘੋ ਆ ਜਾਓ ਮੇਰੇ ਕੋਲ ਖਰਚਾ ਹੈ, ਵੰਡ ਕੇ ਖਾ ਲਾਂਗੇ, ਥੋੜਾ ਖਾ ਲਾਂਗੇ। ਘਰੋਂ ਕਈ ਗਰੀਬ ਮਸਤਾਨੇ ਸਿੰਘ ਸੀਗੇ, ਉਹ ਵੀ ਨਾਲ ਦੂਸਰੇ ਸਿੰਘਾਂ ਦੀ ਮਦਦ ਨਾਲ ਤੁਰ ਪਏ। ਸਿੱਖ ਸਿੱਖਣ ਕੋ ਦੇਵੇ ਨਾਹੀ, ਜਿਹੜੇ ਦੁਖੀ ਸਨ ਨਾ ਪੰਥ ਦੇ, ਉਹ ਸਿੰਘਾਂ ਨੂੰ ਉਧਾਰ ਵੀ ਨਹੀਂ ਸੀ ਦਿਆ ਕਰਦੇ। ਅਸਿੱਖ ਜਿਹੜੇ ਸਿੱਖ ਨਹੀਂ ਸੀਗੇ, ਪੰਥ ਨਾਲ ਵੈਰ ਰੱਖਦੇ ਸੀ, ਸੁਲਤਾਨੀਏ ਵਗੈਰਾ, ਉਹ ਸਿੰਘਾਂ ਨੂੰ ਉਧਾਰਾ ਨਹੀਂ ਦਿੰਦੇ। ਸਿੰਘ ਕਹਿੰਦੇ ਸਾਨੂੰ ਲੋੜ ਪੈ ਗਈ ਹੈ, 100-50 ਰੁਪਈਆ ਉਧਾਰਾ ਦੇ ਦਿਓ,
ਉਹ ਕਹਿੰਦੇ ਤੁਹਾਨੂੰ ਕਾਹਦਾ ਪੈਸਾ ਦਈਏ, ਤੁਸੀਂ ਕਿਹੜਾ ਵਾਪਸ ਕਰਨਾ। ਉਹ ਸਿੰਘਾਂ ਗਰੀਬਾਂ ਨੂੰ ਕਰਜ਼ਾ ਵੀ ਨਹੀਂ ਦਿੰਦੇ ਉਸ ਵੇਲੇ। ਕਹੇ ਸਿੱਖ ਸਭ ਊਹਾਂ ਮਰਾਹੀ, ਬਲਕਿ ਉਹ ਕਹਿੰਦੇ ਨੇ ਤੁਸੀਂ ਤੇ ਉੱਥੇ ਜਾ ਕੇ ਮਰ ਜਾਣਾ ਸਰਹੰਦ ਵਿੱਚ। ਦੋਹਰਾ ਹੱਥੀ ਪੈਰੀ ਪੈ ਲਵੇ, ਕਰ ਦੋਨੋ ਚੌਣ ਕਰਾਰ, ਤੇ ਤੁਸੀਂ ਕਿਹੜਾ ਵਾਪਸ ਕਰਨੇ ਆ। ਪਰ ਸਿੰਘ ਕਹਿੰਦੇ ਜਿਵੇਂ ਵੀ ਹੋਵੇ, ਹੱਥ ਜੋੜ ਕੇ ਮਿੰਤਰਲਾ ਕਰਕੇ ਪੈਰੀ ਵੀ ਪੈ ਜਾਂਦੇ, ਪੈਸੇ ਦੇ ਦਿਓ, 50 ਰੁਪਈਏ ਤੁਹਾਡੇ ਮੋੜ ਦਿਆਂਗੇ। ਤੇ ਜੇ ਨਹੀਂ ਦਿੰਦੇ ਤੇ ਫਿਰ ਕਹਿੰਦੇ ਚੰਗਾ ਫਿਰ ਤਲਵਾਰ ਨਾਲ ਲੈ ਲੈਂਦੇ ਆ, ਲੈਣਾ ਤਾਂ ਹੈ ਹੀ ਆ। ਜੇ ਤੁਸੀਂ ਕਰਜ਼ਾ ਨਹੀਂ ਦਿੰਦੇ ਤੇ ਫਿਰ ਤੇਗ ਦਿਖਾ ਕੇ 2-4 ਸਿੰਘ ਲੁੱਟ ਮਾਰ। ਹੱਥੀ ਪੈਰੀ ਦਾ ਮਤਲਬ ਹੈ, ਪੈਰੀ ਦਾ ਹੁੰਦਾ ਨਿਮਰਤਾ ਨਾਲ, ਤੇ ਹੱਥੀ ਹੁੰਦਾ ਡਾਢੇ ਹੱਥੀ। ਵੀ ਸਿੰਘ ਜਿਵੇਂ ਵੀ ਹੋਵੇ, ਪੈਸੇ 100-50 ਰੁਪਈਆ ਹੁਣ ਰਸਤੇ 'ਚ ਖਰਚਾ ਤਾਂ ਚਾਹੀਦਾ ਹੀ ਆ। ਅਕਸਰ ਘੋੜੇ ਨੇ ਵੀ ਪੱਠੇ ਖਾਣੇ ਨੇ, ਅਤੇ ਕਈਆਂ ਕੋਲ ਬੰਦੂਕ 'ਚ ਪਾਉਣ ਵਾਸਤੇ ਬਰੂਦ ਕੋਈ ਨਹੀਂ, ਕਿਸੇ ਕੋਲ ਤਲਵਾਰ ਕੋਈ ਨਹੀਂ, ਕਿਸੇ ਕੋਲ ਬਰਛਾ ਕੋਈ ਨਹੀਂ, ਉਹ ਸ਼ਸਤਰ ਵੀ ਖਰੀਦਣੇ ਆ। 100-50 ਰੁਪਈਆ ਤਾਂ ਚਾਹੀਦਾ। ਉਹ ਸਾਹੂਕਾਰਾਂ ਕੋਲੋਂ ਸੇਠਾਂ ਕੋਲੋਂ ਮੰਗਦੇ ਉਧਾਰਾ, ਉਹ ਨਹੀਂ ਦਿੰਦੇ। ਉਹ ਹੱਥੀ ਪੈਰੀ ਪੈ ਕੇ ਕਿਤੇ ਨਿਮਰਤਾ ਨਾਲ ਕਿਤੇ ਦੂਜੇ ਤਰੀਕੇ ਨਾਲ ਲੈ ਕੇ ਆਉਂਦੇ ਪੈਸੇ। ਹਾਂਜੀ, ਜੀਵਤ ਆਵੇ ਆਏ ਦਿਵੇ ਮੋਏ ਅਗਲੇ ਸੰਸਾਰ, ਪੈਸੇ ਲੈ ਕੇ ਫਿਰ ਕਹਿ ਦਿੰਦੇ ਆ, ਚੰਗਾ ਸੇਠ ਜੀ ਹੁਣ ਫੌਜਾਂ ਚੱਲੀਆਂ, ਜੇ ਤੇ ਜਿਉਂਦੇ ਆ ਗਏ ਤੇ ਤੇਰੇ ਦੁੱਗਣੇ ਮੋੜਾਂਗੇ, ਤੇ ਜੇ ਸ਼ਹੀਦ ਹੋ ਗਏ ਤੇ ਅੱਗੇ ਦੇ ਦਿਆਂਗੇ, ਤੇਰਾ ਕਰਜ਼ਾ ਯਾਦ ਰੱਖਾਂਗੇ ਮਿੱਤਰਾ, ਤੂੰ ਇਹ ਨਾ ਸਮਝੀ ਵੀ ਤੇਰੇ ਪੈਸੇ ਅਸੀਂ ਖਾ ਜਾਵਾਂਗੇ। ਹਾਂਜੀ, ਜਾਓ ਭਾਈ ਕਈ ਸਿੱਖ ਦੇਵੇ ਗੁਰ ਸਵਾਰਥ, ਤੇ ਕਈ ਐਸੇ ਵੀ ਸਿੱਖ ਸੀਗੇ ਜਿਨ੍ਹਾਂ ਕੋਲ ਮਹਾਰਾਜ ਦਾ ਖਜ਼ਾਨਾ ਖੁੱਲ੍ਹਾ ਸੀਗਾ। ਉਹ ਇਹ ਸਮਝਦੇ ਆ ਵੀ ਚਲੋ ਗੁਰੂ ਦਾ ਹੀ ਹੈ, ਜੇ ਸਿੰਘ ਚੱਲੇ ਗੁਰੂ ਘਰ ਦੇ ਕੰਮ ਲਈ ਸਰਹੰਦ ਫਤਿਹ ਕਰਨ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਤਾਂ ਸਾਧ ਸੰਗਤ ਜੀ ਹਿੰਦੁਸਤਾਨ ਦੇ ਬੱਚੇ ਬੱਚੇ ਦੇ ਮਨ 'ਤੇ ਗਮ ਸੀਗਾ। ਹਿੰਦੂ ਹੀ ਨਹੀਂ, ਮੁਸਲਮਾਨ ਵੀ ਦੁੱਖ ਮਨਾ ਰਹੇ ਸੀ ਵੀ ਇਹ ਜ਼ੁਲਮ ਹੋਇਆ, ਇਹ ਬੜਾ ਸਿਤਮ ਹੋਇਆ ਕਿ 7 ਸਾਲ ਦੇ 9 ਸਾਲ ਦੇ ਬੱਚੇ ਬੇਗੁਨਾਹ ਨੀਹਾਂ 'ਚ ਚਿਣ ਦਿੱਤੇ ਗਏ। ਇਹ ਗੱਲ ਤੋਂ ਫਿਰ ਰੜਕ ਤਾਂ ਸਾਰਿਆਂ ਦੇ ਮਨ ਸੀਗੀ, ਅਤੇ ਜਿਹੜੇ ਵਿਚਾਰੇ ਮੇਰੇ ਵਰਗੇ ਨਹੀਂ ਸੀ ਲੜ ਸਕਦੇ, ਜਾਂ ਕਈ ਬੰਦੇ ਹੁੰਦੇ ਆ ਦਿਲ ਦੇ ਕਮਜ਼ੋਰ ਵੀ ਹੁੰਦੇ ਆ, ਕਈ ਬੰਦੇ ਹੁੰਦੇ ਆ ਉਹ ਬੁੱਢੇ ਹੁੰਦੇ ਨਹੀਂ ਜਾ ਸਕਦੇ, ਕਈ ਤਰ੍ਹਾਂ ਦੇ ਲੋਕ ਸੀਗੇ, ਕਈ ਸਰਕਾਰੀ ਅਫਸਰ ਸੀਗੇ ਨੌਕਰੀਆਂ 'ਤੇ ਸੀਗੇ, ਉਹ ਆਪ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਉਹ ਫਿਰ ਪੈਸੇ ਦੇ ਕੇ ਸਿੰਘਾਂ ਦੀ ਮਦਦ ਕਰਦੇ ਆ ਵੀ ਸਿੰਘੋ ਆ ਲਓ, ਸਾਡੇ ਵੱਲੋਂ ਵੀ ਹਾਜ਼ਰੀ ਲਵਾ ਲਿਆ ਜੇ, 100-50 ਰੁਪਈਆ। ਕਿਸੇ ਸਿੰਘ ਨੂੰ ਘੋੜਾ ਲੈ ਦਿੰਦੇ, ਕਿਸੇ ਨੂੰ ਬੰਦੂਕ ਲੈ ਦਿੰਦੇ, ਕਿਸੇ ਨੂੰ ਪਰਛਾ ਲੈ ਦਿੰਦੇ, ਉਹਨਾਂ ਨੂੰ ਖਰਚਾ ਦੇ ਕੇ ਤੋਰ ਦਿੰਦੇ। ਹਾਂਜੀ, ਤਨ ਮਨ ਧਨ ਦੇਹੋ ਗੁਰ ਹੈ ਪਰਮਾਰਥ। ਉਹ ਉਸ ਵੇਲੇ ਦੇ ਸਿੱਖ ਸੋਚਦੇ ਸੀ ਵੀ ਜੋ ਕੁਝ ਸਾਡੇ ਕੋਲ ਆ ਤਨ ਮਨ ਧਨ ਗੁਰੂ ਦਾ ਹੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਉਹ ਗੁਰੂ ਕੇ ਸਿੱਖ ਗੁਰੂ ਵਾਸਤੇ ਆਪਣਾ ਸਭ ਕੁਝ ਵਾਰ ਦਿੰਦੇ ਸੀਗੇ। ਜਿਹੜੇ ਤੇ ਜਵਾਨ ਪੁੱਤਰ ਸੀਗੇ ਉਹ ਤੇ ਮਾਵਾਂ ਤੋਂ ਆਗਿਆ ਲੈ ਕੇ ਆਪ ਜੰਗ ਨੂੰ ਤੁਰ ਪਏ। ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਥਾਪੀ ਦਿੱਤੀ, ਆਸ਼ੀਰਵਾਦ ਦਿੱਤਾ, ਕਿਸੇ ਨੇ ਮਾਇਆ ਦਿੱਤੀ, ਕਈਆਂ ਭੈਣਾਂ ਬੀਬੀਆਂ ਕੋਲ ਗਹਿਣੇ ਸੀਗੇ ਥੋੜ੍ਹੇ ਥੋੜ੍ਹੇ, ਕਿਸੇ ਕੋਲ ਵਾਲੀਆਂ, ਕਿਸੇ ਕੋਲ ਕੜਾ, ਉਹ ਲਾ ਕੇ ਲਓ ਵੀਰੋ ਆਹ ਲੈ ਜਾਓ ਕਿਤੇ ਖਰਚਾ ਕਰ ਲਿਆ ਜੇ, ਤੇ ਉਹ ਸਿੰਘ ਤੁਰ ਪਏ ਹਨ। ਮਝੈਲ ਰਸਤੋ ਜੋ ਸਿੱਧੋ ਤਕਾਵੇ, ਹੁਣ ਆ ਗਈ ਵਾਰੀ ਮਾਝੇ ਦੇ ਸਿੰਘਾਂ ਦੀ। ਮਾਝੇ ਦੇ ਸਿੰਘਾਂ ਨੂੰ ਪਤਾ ਲੱਗਾ, ਉਹ ਸਾਰੇ ਝਵਾਲ ਇਕੱਠੇ ਹੋਏ, ਬਾਬਾ ਦੀਪ ਸਿੰਘ ਜੀ ਤੇ ਹੋਰ ਬੜੇ ਬੜੇ ਮੁਖੀ ਸਿੰਘ ਮਾਝੇ ਦੇ, ਉਹ ਸਾਰੇ ਕਹਿੰਦੇ ਵੀ ਕਿਵੇਂ ਕਰੀਏ ਹੁਣ ਆਪਾਂ, ਜੇ ਸਿੱਧੇ ਰਾਹ ਜਾਈਏ ਤੇ ਸਿੱਧੇ ਰਾਹ ਸਾਨੂੰ ਦਰਿਆ ਬਿਆਸਾ ਹੀ ਨਹੀਂ ਟੱਪਣ ਦੇਣਾ ਸਰਕਾਰ ਨੇ, ਜੇ ਆਪਾਂ ਸਰਹੰਦ ਨੂੰ ਤੁਰ ਪਈਏ ਤੇ ਬਿਆਸਾ ਬੜੀ ਮੁਸ਼ਕਲ ਹੈ ਟੱਪਣਾ, ਬਿਆਸਾ ਟੱਪ ਜਾਵਾਂਗੇ ਸਤਲੁਜ ਨਹੀਂ ਟੱਪਣ ਦੇਣਾ, ਦੁਆਬੇ 'ਚ ਵੀ ਤੁਰਕਾਂ ਦੀ ਬੜੀ ਫੌਜ ਤਗੜੀ ਹੈ। ਉਹਨਾਂ ਸਿੰਘਾਂ ਨੇ ਆਖਿਆ, ਕਿਉਂਕਿ ਉਹ ਸਾਰੇ ਜੰਗਾਂ ਦੇ ਬੜੇ ਭੇਤੀ ਸਨ, 10ਵੇਂ ਪਾਤਸ਼ਾਹ ਨਾਲ ਰਹੇ ਸੀ ਬਾਬਾ ਦੀਪ ਸਿੰਘ ਜੀ। ਮਾਝੇ ਦੇ ਸਿੰਘਾਂ ਨੇ ਗੁਰਮਤਾ ਕੀਤਾ ਵੀ ਆਪਾਂ ਉੱਪਰਲੇ ਪਹਾੜੀ ਇਲਾਕੇ ਤੋਂ ਉਤਰੀਏ, ਤੁਰਕ ਫੌਜ ਬਹੁਰਾਹੀ ਰੁਕਾਵੇ, ਜੇ ਅਸੀਂ ਸਿੱਧੇ ਤੁਰ ਪਏ ਇਕੱਠੇ ਹੋ ਗਏ ਤੇ ਤੁਰਕਾਂ ਨੇ ਰਾਹ ਰੋਕ ਲੈਣਾ ਸਾਡਾ, ਸਾਨੂੰ ਸਰਹੰਦ ਪੜਨੀ ਨਹੀਂ ਦੇਣਾ। ਪਹਿਲੋ ਸਿੰਘ ਬਣ ਜਾ ਰਹੇ ਰਲੇ, ਸੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬਾਬੇ ਬੰਦੇ ਬਹਾਦਰ ਦੇ ਨਾਲ ਇੱਧਰੋਂ ਜਿਹੜੇ ਵਣਜਾਰੇ ਸੀਗੇ ਨਾ, ਵਣਜਾਰੇ ਉਹ ਜਿਹੜੇ ਊਠਾਂ 'ਤੇ ਕਹਿ ਲਓ ਬੈਲਾਂ 'ਤੇ ਗੱਡਿਆਂ 'ਤੇ ਨਾ ਸਮਾਨ ਵੇਚਦੇ ਵਣਜ ਕਰਦੇ, ਇਹ ਵਣਜਾਰਾ ਹੁਣ ਵੀ 12 ਕਰੋੜ ਦੀ ਤਾਦਾਦ ਵਿੱਚ ਹੈ ਜਿਹੜਾ ਗੁਰੂ ਘਰ ਨੂੰ ਮੰਨਦਾ। ਅਸੀਂ ਤਾਂ ਕਹਿੰਦੇ ਹਾਂ ਵੀ ਸਿੱਖਾਂ ਦੀ 2 ਕਰੋੜ ਗਿਣਤੀ ਰਹਿ ਗਈ ਜੀ, 2.5 ਰਹਿ ਗਈ, 1.5 ਰਹਿ ਗਈ, ਖਾਲਸੇ ਦੀ ਗਿਣਤੀ 96 ਕਰੋੜ ਸੀ, 96 ਕਰੋੜ ਹੀ ਰਹਿਣੀ ਹੈ, ਐਵੇਂ ਹੀ ਨਾ ਛੋਟੀ ਮੋਟੀ ਗੱਲ ਕਰਿਆ ਕਰੋ। 12 ਕਰੋੜ ਤੇ ਵਣਜਾਰਾ ਸ਼ਿਕਲੀ ਘਰ ਹੈ ਜਿਹੜਾ MP ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਉੜੀਸਾ ਅਤੇ ਕੇਰਲਾ 'ਚ ਬੈਠਾ।
ਉਹ ਸਭ ਗੁਰੂ ਘਰ ਨੂੰ ਮੰਨਦੇ ਆ। ਕੇਸਾਧਾਰੀ ਵੀ ਨੇ ਤੇ ਮੋਨੇ ਵੀ ਨੇ, ਪਰ ਮੰਨਦੇ ਗੁਰੂ ਘਰ ਨੂੰ ਨੇ, ਹੋਰ ਕਿਤੇ ਉਹ ਟੇਕ ਨਹੀਂ ਰੱਖਦੇ। ਸੋ ਐਸੇ ਐਸੇ ਵਣਜਾਰੇ ਜਿਹੜੇ ਸੀਗੇ, ਸਭ ਤੋਂ ਪਹਿਲਾਂ ਬਾਬੇ ਬੰਦੇ ਬਹਾਦਰ ਨਾਲ ਵਣਜਾਰੇ ਰਲੇ ਨੇ। ਫੜ ਹੱਥ ਬਰਛੇ ਬੈਲ ਲੱਦ ਭਲੇ, ਉਹਨਾਂ ਨੇ ਬਰਛੇ ਫੜ ਲਏ, ਬੰਦੂਕਾਂ ਫੜ ਲਈਆਂ ਤੇ ਬੈਲਾਂ ਦੇ ਉੱਤੇ ਸਮਾਨ ਗੱਡੇ ਲੱਦ ਕੇ ਤੁਰ ਪਏ। ਮਾਲਵੋ ਉਹਾ ਥਾ ਨੇੜੇ ਦੇਸ਼, ਔਰ ਮਾਲਵਾ ਦੇਸ਼ ਜਿਹੜਾ ਸੀ ਹੁਣ ਦਿੱਲੀ ਦੇ ਨੇੜੇ ਸੀਗਾ। ਬਾਬਾ ਬੰਦਾ ਕਿੱਥੇ ਬੈਠਾ? ਸ਼ੇਰੀ ਖੰਡੇ, ਇਸ ਦਿੱਲੀ ਦੇ ਲਾਗੇ ਹੈ, ਦਿੱਲੀ ਤੋਂ 30 ਕੋਹ ਪਰੇ ਹੈ ਪਿੰਡ ਸ਼ੇਰੀ ਖੰਡਾ। ਉੱਥੋਂ ਮਾਲਵਾ ਨੇੜੇ ਪੈਂਦਾ, ਮਾਝਾ ਦੂਰ ਪੈਂਦਾ। ਬਠਿੰਡੇ ਦਾ ਇਲਾਕਾ, ਬਰਨਾਲੇ ਦਾ ਇਲਾਕਾ, ਪਟਿਆਲੇ ਦਾ ਇਲਾਕਾ, ਨਾਭੇ ਦਾ ਇਲਾਕਾ, ਜੀਂਦ ਦਾ ਇਲਾਕਾ, ਇਹ ਜਿੰਨੇ ਇਲਾਕੇ ਮਾਲਵੇ ਦੇ ਬਾਂਗਰ ਦੇ ਸੀਗੇ। ਹੋਏ ਭੀ ਮਿਲੇ ਹੋਏ ਬੰਦੇ ਪੇਸ਼, ਉਹ ਸਾਰੇ ਮਾਲਵਈ ਤੇ ਬਾਂਗਰੂ ਸਿੱਖ ਜਿਹੜੇ ਸੀਗੇ, ਉਹ ਬਾਬੇ ਬੰਦੇ ਨੂੰ ਸ਼ੇਰੀ ਖੰਡੇ ਜਾ ਕੇ ਮਿਲੇ। ਓ ਜੋ ਸਿੰਘ ਮਤ ਮਾਝਾ ਮਾਝਾ ਪੰਜਾਬੀ, ਜਿਹੜੇ ਮਾਝੇ ਵਾਲੇ ਸੀਗੇ, ਉਹਨਾਂ ਦੀ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਹੈ ਵੀ ਉਹਨਾਂ ਨੂੰ ਮੁਸੀਬਤ ਸੀਗੀ, ਦਰਿਆ ਪੈਂਦੇ ਸੀ ਦੋ, ਇੱਕ ਬਿਆਸਾ ਦੂਜਾ ਸਤਲੁਜ। ਉਹਨਾਂ ਨੇ ਸੋਚਿਆ ਵੀ ਸਿੱਧੇ ਟੱਪਾਂਗੇ, ਸਰਕਾਰ ਨੇ ਸਾਨੂੰ ਟੱਪਣ ਨਹੀਂ ਦੇਣਾ। ਤੁਰਕਣ ਲੰਘਣ ਮਤ ਬਹੁਤ ਖਰਾਬੀ, ਕਿਉਂਕਿ ਜੋ ਸਿੱਧੇ ਆਉਂਦੇ ਤੇ ਉਹਨਾਂ ਨੂੰ ਬਹੁਤ ਖਰਾਬੀ ਹੋਣੀ ਸੀ, ਬਹੁਤ ਨੁਕਸਾਨ ਹੋ ਜਾਣਾ ਸੀ। ਸਰਹੰਦ ਪਹੁੰਚਣ ਤੋਂ ਪਹਿਲਾਂ ਹੀ ਸੋ ਸਾਰੇ ਅੱਧੇ ਪਚੱਧੇ ਮਾਰੇ ਜਾਣੇ ਸੀਗੇ। ਉਹ ਮਾਝੇ ਦੇ ਸਿੰਘ ਜਿਹੜੇ ਸੀਗੇ ਸਾਰੇ ਬਾਬਾ ਦੀਪ ਸਿੰਘ ਦੇ ਨਾਲ ਬੰਦ ਜਥਾ ਵੱਲ ਪ੍ਰਭਤ ਸਿਧਾਏ, ਉਹ ਜਥਾ ਬੰਨ ਕੇ ਪਹਾੜਾਂ ਨੂੰ ਤੁਰ ਗਏ, ਰਸਤਾ ਬਦਲ ਗਏ, ਪਤਾ ਹੀ ਨਾ ਲੱਗੇ ਵੀ ਕੀ ਕਰਨ ਲੱਗੇ ਆ। ਦੁਸ਼ਮਣ ਨੂੰ ਨੀਤੀ ਨਹੀਂ ਪਤਾ ਲੱਗਣੀ ਚਾਹੀਦੀ ਵੀ ਇਹਨਾਂ ਨੇ ਕਿੱਦਾਂ ਮਾਰਨਾ। ਮਾਝੇ ਦੇ ਸਿੰਘ ਪਹਾੜ ਨੂੰ ਚੜ ਗਏ ਨੇ ਪਠਾਨਕੋਟ ਵਾਲੇ ਪਾਸੇ ਨੂੰ, ਬੇਲਾ ਓਲਾ ਪ੍ਰਭਤ ਤਕਾਏ, ਉਹ ਜੰਗਲੋ ਜੰਗਲੀ ਹੁੰਦੇ ਗਏ, ਓਹਲੇ ਨਾਲ ਪੜਦੇ ਨਾਲ ਕਿਤੇ 150 ਗਾਂ ਕਿਤੇ ਪਿਛਾ, ਤਾਂ ਕਿ ਪੂਰਾ ਦਲ ਵੀ ਦੁਸ਼ਮਣ ਨੂੰ ਪਤਾ ਨਾ ਲੱਗੇ ਵੀ ਜ਼ਿਆਦੇ ਇਕੱਠੇ ਕਿਉਂ ਤੁਰੇ ਜਾਂਦੇ ਨੇ, ਕੀ ਕਰਨਾ ਇਹਨਾਂ ਨੇ, ਹਥਿਆਰ ਤਾਂ ਗਾਤਰੇ ਨੇ, ਘੋੜੇ ਨੇ ਕੋਲ। ਤੋ ਸਿੰਘਾਂ ਨੇ ਬੜੇ ਪੜਦੇ ਦੇ ਨਾਲ, ਜਿਹੜਾ ਉੱਪਰਲਾ ਇਲਾਕਾ ਹੈ ਨਾ ਉਸ ਚੇਦਰ ਤੋਂ ਗੁਰਦਾਸਪੁਰ ਦੇ ਉੱਪਰਲੇ ਪਾਸੇ, ਮਾਝੇ ਦੇ ਸਿੰਘ ਉਧਰੋਂ ਦਰਿਆ ਟੱਪੇ ਹੈ। ਇਮ ਕਰ ਕੀਰਤਪੁਰ ਵੱਲ ਆਏ, ਉੱਥੋਂ ਬਿਆਸਾ ਟੱਪ ਕੇ ਫਿਰ ਦੁਆਬੇ ਦੇ ਉੱਪਰਲੇ ਉੱਪਰਲੇ ਇਲਾਕੇ, ਜਿਹੜਾ ਹਰਿਆਣੇ ਦਾ ਇਲਾਕਾ ਕਹਿੰਦੇ ਉਹਨੂੰ ਹਰਿਆਣਾ ਕਹਿੰਦੇ ਆ, ਤਲਵਾੜੇ ਦਾ ਇਲਾਕਾ, ਹੁਸ਼ਿਆਰਪੁਰ ਤੋਂ ਉੱਪਰ ਉਧਰੋਂ ਟੱਪ ਕੇ ਤੇ ਉਹ ਕੀਰਤਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਨੂੰ ਆ ਗਏ ਨੇ। ਅੱਗੇ ਰੋਪੜੋਂ ਲੰਘਣ ਨਾ ਪਾਏ, ਪਰ ਉਹ ਸਿੰਘ ਰੋਪੜ ਆ ਕੇ ਘੇਰੇ ਗਏ। ਰੋਪੜ ਕਹਿੰਦੇ ਘੇਰਿਆ ਖਵਾਜ਼ਾ ਮਰਦੂਦ ਅਲੀ, ਜਿਹੜਾ ਸਰਹੰਦ ਦੇ ਚਮਕੌਰ ਦੇ ਜੰਗ ਵਿੱਚ 10ਵੇਂ ਪਾਤਸ਼ਾਹ ਨੇ ਨਾਰਖਾ ਮਾਰਿਆ ਸੀ ਨਾ, ਤੇ ਨਾਲ ਗਨੀਖਾ ਮਾਰਿਆ ਸੀ, ਤੇ ਖਵਾਜ਼ਾ ਮਹਿਮੂਦ ਅਲੀ ਜਿਹੜਾ ਸੀ ਇਹ ਤੀਜਾ ਭਰਾ ਸੀ ਇਹਨਾਂ ਦਾ, ਇਹ ਚਾਰ ਭਰਾ ਸੀਗੇ। ਵੱਡੇ ਦਾ ਨਾਂ ਸੀ ਸ਼ੇਰ ਮੁਹੰਮਦ ਖਾਨ, ਨਵਾਬ ਮਲੇਰਕੋਟਲਾ, ਇਹ ਚਾਰੇ ਮਲੇਰਕੋਟਲੇ ਦੇ ਸੀਗੇ। ਆਪਾਂ ਨੇ ਸਮਝਦੇ ਨਾ ਮਲੇਰਕੋਟਲੇ ਵਾਲੇ ਗੁਰੂ ਘਰ ਦੇ ਬੜੇ ਪ੍ਰੇਮੀ ਹੋਏ, ਇਹ ਗੱਲ ਨਹੀਂ ਹੈ, ਪ੍ਰੇਮੀ ਨਹੀਂ ਸੀ, ਦੁਸ਼ਮਣ ਸੀਗੇ ਉਹ, ਵੈਰੀ ਸੀ ਉਹ। ਪਰ ਇੱਕ ਗੱਲ ਉਹਨੇ ਜੋ ਕਹਿ ਦਿੱਤੀ ਸਾਹਿਬਜ਼ਾਦਿਆਂ ਦੇ ਬਾਰੇ ਵੀ ਸਾਹਿਬਜ਼ਾਦੇ ਬੱਚੇ ਆ, ਇਹਨਾਂ ਨੂੰ ਨਹੀਂ ਮਾਰਨਾ, ਉਹਦੇ ਕਰਕੇ ਕਲਗੀਧਰ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ। ਆਖੋ ਸਤਨਾਮ ਸ੍ਰੀ, ਹੈ ਉਹ ਵੈਰੀ ਸਨ। ਨਾਰਖਾ ਉਹਦਾ ਭਰਾ ਸੀਗਾ, 10ਵੇਂ ਪਾਤਸ਼ਾਹ ਦਾ ਸਿਰ ਵੱਢਣ ਲਈ ਪੌੜੀ ਨੂੰ ਚੜ੍ਹ ਕੇ ਗੜੀ ਨੂੰ ਚੜ੍ਹਨ ਲੱਗਾ ਸੀ, ਮਹਾਰਾਜ ਨੇ ਤੀਰ ਮਾਰ ਕੇ ਉਹਦਾ ਖਾਤਮਾ ਕੀਤਾ। ਗਨੀਖਾ ਉਹਦੇ ਪਿੱਛੇ ਦੌੜਿਆ, ਉਹ ਵੀ ਉਹਦਾ ਭਰਾ ਸੀ, ਉਹ ਵੀ ਮਾਰਿਆ। ਤੀਜਾ ਸੀ ਨਾ ਜਿਹੜਾ ਮਹਿਮੂਦ ਅਲੀ, ਉਹ ਦਿੱਲੀ ਦੀਆਂ ਫੌਜਾਂ ਦਾ ਜਨਰਲ ਸੀ, ਦਿੱਲੀ ਨੌਕਰੀ ਕਰਦਾ ਸੀ, ਉਹ ਪੈ ਗਿਆ ਕੰਧ ਦੇ ਓਹਲੇ ਹੋ ਗਿਆ। ਅਤੇ 10ਵੇਂ ਪਾਤਸ਼ਾਹ ਨੇ ਜਫਰਨਾਮੇ 'ਚ ਲਿਖਿਆ ਔਰੰਗਜ਼ੇਬ ਨੂੰ ਕਿ ਖਵਾਜ਼ਾ ਮਹਿਮੂਦ ਛਾਇਆ ਏ, ਖਵਾਜ਼ਾ ਮਰਦੂਦ ਛਾਇਆ ਏ ਦੀਵਾਰ। ਮਹਾਰਾਜ ਕਹਿੰਦੇ ਤੇਰਾ ਖਵਾਜ਼ਾ ਮਰਦੂਦ ਦੀਵਾਰ ਦੇ ਓਹਲੇ ਹੋ ਗਿਆ, ਜੇ ਕਿਤੇ ਸਾਹਮਣੇ ਆ ਜਾਂਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ। ਖਵਾਜ਼ਾ ਮਹਿਮੂਦ ਅਲੀ ਚਮਕੌਰ ਦੀ ਜੰਗ 'ਚ ਬਚ ਗਿਆ ਸੀਗਾ। ਇਹ ਬੜਾ ਕਪਟੀ ਧੋਖੇਬਾਜ਼ ਆਦਮੀ ਸੀਗਾ। ਇਸ ਖਵਾਜ਼ਾ ਮਰਦੂਦ ਨੇ ਹੁਣ ਰੋਪੜ ਦੇ ਕੋਲ ਚੌਂਕੀ ਲਾ ਲਈ, ਕਈ ਹਜ਼ਾਰ ਫੌਜ ਲੈ ਕੇ ਰੋਪੜ ਦੇ ਕੋਲ ਜਿੱਥੇ ਭੱਠਾ ਸਾਹਿਬ ਹੈ ਉੱਥੇ ਉਹਨੇ ਰਾਹ ਰੋਕ ਲਿਆ ਵੀ ਜਿਹੜੇ ਇਹ ਸਿੰਘ ਮਾਝੇ ਵਾਲੇ ਸਰਹੰਦ ਨੂੰ ਵੱਧ ਰਹੇ ਨੇ, ਇਹਨਾਂ ਨੂੰ ਰੋਪੜ ਹੀ ਰੋਕ ਲਈਏ। ਉਹਾ ਡੇਰਾ ਦਇਓ ਲਗਾਈ, ਉਧਰੋਂ ਮਾਝੇ ਵਾਲੇ ਸਿੰਘ ਕੀਰਤਪੁਰ ਟੱਪੇ, ਇਧਰੋਂ ਸਰਹੰਦ ਮਲੇਰਕੋਟਲੇ ਵਾਲੀ ਫੌਜ ਉੱਥੇ ਪਹੁੰਚ ਗਈ। ਇਹਨਾਂ ਨੇ ਉੱਥੇ ਰਾਹ ਰੋਕ ਲਿਆ ਮਲੇਰਕੋਟਲੇ ਵਾਲਿਆਂ ਨੇ, ਤੇ ਫਿਰ ਡੇਰਾ ਆਹਮਣੇ ਸਾਹਮਣੇ ਫੌਜਾਂ ਦਾ ਪੈ ਗਿਆ। ਸੋ ਬੰਦੇ ਪੈ ਖਬਰ ਪਹੁੰਚਾਈ, ਉੱਥੋਂ ਬਾਬੇ ਦੀਪ ਸਿੰਘ ਹੋਰਾਂ ਨੇ ਬੰਦੇ ਨੂੰ ਚਿੱਠੀ ਲਿਖੀ ਵੀ ਅਸੀਂ ਤਾਂ ਇੱਥੇ ਬੈਠੇ ਹਾਂ ਕੀਰਤਪੁਰ ਸਾਹਿਬ ਦੇ ਲਾਗੇ, ਤੇ ਅਸੀਂ ਉਦੋਂ ਹੀ ਆਵਾਂਗੇ
ਜਦੋਂ ਤੁਸੀਂ ਨੇੜੇ ਲੱਗ ਜਾਓਗੇ, ਕਿਉਂਕਿ ਇੱਕਦਮ ਹਮਲਾ ਕਰਾਂਗੇ। ਜੇ ਅਸੀਂ ਇੱਥੇ ਹੀ ਆਪਣਾ ਜ਼ੋਰ ਪਹਿਲਾਂ ਹੀ ਲਾ ਬੈਠੇ, ਘੇਰੇ ਗਏ, ਦੁਸ਼ਮਣ ਸਾਡੇ 'ਤੇ ਕਾਬੂ ਪਾ ਗਿਆ, ਫਿਰ ਸਾਡਾ ਕੀ ਫਾਇਦਾ ਹੋਣ ਦਾ। ਸੋ ਬਾਬੇ ਦੀਪ ਸਿੰਘ ਹੋਰਾਂ ਨੇ ਬੰਦੇ ਨੂੰ ਖਬਰ ਕਰ ਦਿੱਤੀ ਵੀ ਅਸੀਂ ਪਹੁੰਚ ਗਏ ਹਾਂ, ਸਰਹੰਦ ਦੇ ਨੇੜੇ ਹੀ ਹਾਂ, ਕਿਉਂਕਿ ਕੀਰਤਪੁਰ ਤੋਂ ਸਰਹੰਦ ਕਿੰਨਾ ਕੁ ਹੈ, ਜੇ ਸਵੇਰ 2 ਘੰਟਿਆਂ 'ਚ ਘੋੜਿਆਂ ਨੇ ਪਹੁੰਚ ਜਾਣਾ, ਉੱਥੋਂ ਸਾਰਾ 50 ਕਿਲੋਮੀਟਰ ਪੈਂਦਾ। ਅਤੇ ਬਾਬਾ ਜੀ ਨੇ ਖਬਰ ਕਰਤੀ ਬੰਦੇ ਨੂੰ, ਬੰਦੇ ਕਹਿਓ ਰਹੋ ਡੇਰਾ ਲਾਏ। ਅੱਗੋਂ ਬਾਬੇ ਬੰਦੇ ਨੇ ਬਾਬੇ ਦੀਪ ਸਿੰਘ ਨੂੰ ਚਿੱਠੀ ਲਿਖੀ ਵੀ ਤੁਸੀਂ ਉੱਥੇ ਹੀ ਬੈਠੇ ਰਹੋ, ਤੁਸੀਂ ਕੀਰਤਪੁਰ ਤੋਂ ਅੱਗੇ ਨਹੀਂ ਵਧਣਾ ਜਿੰਨਾ ਚਿਰ ਮੈਂ ਨਹੀਂ ਕਹਿੰਦਾ। ਹਮ ਆ ਨੇੜੇ ਲਿਹੇ ਮਿਲਾਏ। ਜਦੋਂ ਅਸੀਂ ਨੇੜੇ ਲੱਗਾਂਗੇ ਉਦੋਂ ਤੁਸੀਂ ਵੀ ਆ ਜਾ ਜੇ, ਫਿਰ ਆਪਾਂ ਇਕੱਠੇ ਹੋ ਕੇ ਫਤਿਹ ਕਰਾਂਗੇ ਸਰਹੰਦ ਨੂੰ। ਸੋ ਬਾਤ ਖਾਲਸਾ ਮੰਨ ਲਈ। ਦੋਵਾਂ ਪਾਸਿਆਂ ਨੇ ਸਿੰਘਾਂ ਨੇ ਗੱਲ ਮੰਨ ਲਈ ਵੀ ਸਿਆਣੀ ਗੱਲ ਆ, ਜੇ ਆਪਾਂ ਐਵੇਂ ਪਹਿਲਾਂ ਹੀ ਥੋੜਾ ਥੋੜਾ ਜ਼ੋਰ ਲਾ ਕੇ ਆਪਣੀ ਤਾਕਤ ਘਟਾ ਲਈ ਉਹਦਾ ਕੀ ਫਾਇਦਾ, ਇੱਕੋ ਵਾਰੀ ਹਮਲਾ ਕਰਾਂਗੇ। ਬੜੇ ਨੀਤੀਵਾਨ ਸਿੰਘ ਸਨ ਬਾਬਾ ਦੀਪ ਸਿੰਘ ਦੇ ਨਾਲ ਮਾਝੇ ਦੇ ਸਿੰਘ ਕੀਰਤਪੁਰ ਬੈਠੇ ਨੇ ਤੇ ਬੰਦਾ ਦਿੱਲੀ ਦੇ ਨੇੜੇ ਪਹੁੰਚ ਗਿਆ ਹੈ। ਰਹਿਓ ਉਹਾਂ ਦਿਨ ਖਾਲਸੋ ਕਈ। ਉੱਥੇ ਕਈ ਦਿਨ ਖਾਲਸਾ ਰਿਹਾ ਕੀਰਤਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਇਲਾਕੇ 'ਚ। ਦੋਹਰਾ ਅੰਮ੍ਰਿਤਸਰ ਤੋਂ ਚਲਤ ਲਓ ਆਓ ਬਹਿ ਜੋ ਵਿੱਚ ਪਹਾੜ। ਅੰਮ੍ਰਿਤਸਰ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਸਿੰਘਾਂ ਦੀ ਫੌਜ ਜਿਹੜੀ ਆਉਂਦੀ ਰਹੀ ਉਧਰੋਂ ਮਾਝੇ ਤੋਂ ਨਿਕਲ ਨਿਕਲ ਕੇ। ਕਿਸ਼ੋਰ ਸਿੰਘ ਅਰੋੜਾ ਹੁਤੋ ਤਿੰਨ ਦਿਨੋ ਖਰਚ ਵਿਚਾਰ। ਉਸ ਵੇਲੇ ਇੱਕ ਪਿਸ਼ੌਰਾ ਸਿੰਘ ਅਰੋੜਾ ਖੱਤਰੀ ਸੀਗਾ, ਉਹ ਬੜਾ ਕਰੋੜਾਂਪਤੀ ਕਹਿ ਲਓ ਵੀ ਚੰਗਾ ਧਨਾੜ ਆਦਮੀ ਸੀਗਾ, ਉਹ ਅੰਮ੍ਰਿਤਸਰ ਦਾ ਤਗੜਾ ਵਪਾਰੀ ਸੀ। ਉਹਨੇ ਬਹੁਤ ਖਰਚਾ ਕੀਰਤਪੁਰ ਸਾਹਿਬ ਜਿਹੜੇ ਹੁਣ ਬੈਠੇ ਸੀ 4-5 ਹਜ਼ਾਰ ਸਿੰਘ, ਉਹਨਾਂ ਨੂੰ ਰੋਟੀ ਪਾਣੀ ਦਾ ਖਰਚਾ ਤਾਂ ਚਾਹੀਦਾ, ਉਹ ਸਾਰਾ ਅਰੋੜੇ ਖੱਤਰੀ ਨੇ ਭਾਈ ਪਿਸ਼ੌਰਾ ਸਿੰਘ ਨੇ ਭੇਜਿਆ। ਜਾਓ ਭਾਈ ਸਰਹੰਦ ਢਿੱਗ ਇੱਕ ਸਲੌਦੀ ਗ੍ਰਾਮ। ਹੁਣ ਇੱਧਰ ਸੁਣ ਲਓ ਵੀ ਸਰਹੰਦ ਦੇ ਲਾਗੇ ਖੰਨੇ ਦੇ ਲਾਗੇ ਇੱਕ ਪਿੰਡ ਸਲੌਦੀ ਸਿੰਘਾਂ ਦੀ ਹੈ। ਉਤੇ ਉਹਾਂ ਸਿੰਘਣ ਕੇ ਧਾਮ। ਸਲੌਦੀ ਵਿੱਚ ਸਿੰਘਾਂ ਦੇ ਪਿੰਡ ਘਰ ਸੀਗੇ ਕਾਫੀ। ਤਿੰਨ ਮੈਂ ਇੱਕ ਆਲੀ ਸਿੰਘ ਨਾਮ। ਉਹਨਾਂ ਚੋਂ ਇੱਕ ਦੋ ਭਰਾ ਸਨ ਆਲੀ ਸਿੰਘ ਤੇ ਮਾਲੀ ਸਿੰਘ। ਚਾਕਰੀ ਕਰਤ ਵਜ਼ੀਰੇ ਧਾਮ। ਉਹ ਜਿਹੜੇ ਦੋਵੇਂ ਸਿੰਘ ਸੀਗੇ ਸੂਬੇ ਸਰਹੰਦ ਕੋਲ ਨੌਕਰੀ ਕਰਦੇ ਸੀਗੇ ਫੌਜ ਦੇ ਵਿੱਚ, ਕਿਉਂਕਿ ਇਹ ਜਦੋਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਥ ਸਾਜਿਆ ਨਾ, ਨੀਤੀ ਚੱਲਦੀ ਰਹੀ ਨਾਲ ਦੋਵਾਂ ਪਾਸਿਆਂ ਤੋਂ, ਸਰਕਾਰ ਵਿੱਚ ਵੀ ਸਿੰਘ ਕੰਮ ਕਰਦੇ ਰਹੇ, ਸਿੰਘਾਂ ਦੀ ਮਦਦ ਵੀ ਕਰਦੇ ਰਹੇ। ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਸਨ ਸਲੌਦੀ ਵਾਲੇ, ਇਹ ਨੌਕਰੀ ਸੂਬੇ ਕੋਲ ਕਰਦੇ ਸੀ ਸਰਹੰਦ ਵਾਲੇ ਕੋਲ, ਵਜ਼ੀਰ ਖਾਨ ਕੋਲ। ਨਵਾਬ ਸਰਹੰਦੀ ਉਸੇ ਬੁਲਾਇਓ। ਪਰ ਹੁਣ ਜਦੋਂ ਬੰਦੇ ਦੇ ਆਉਣ ਦੀਆਂ ਖਬਰਾਂ ਲੱਗ ਗਈਆਂ ਤੇ ਸੂਬੇ ਦੇ ਕੰਨ ਖੜੇ ਹੋ ਗਏ। ਉਹਨੇ ਸੋਚਿਆ ਵੀ ਮੇਰੇ ਕੋਲ ਹੀ ਬੁੱਕਲ 'ਚ ਸੱਪ ਬੈਠੇ ਨੇ, ਕਿਤੇ ਮੈਨੂੰ ਇਹ ਮਾਰ ਨਾ ਦੇਣ, ਕੋਈ ਦਾ ਨਾ ਖੇਡ ਜਾਣ। ਸੂਬੇ ਨੇ ਪਹਿਲਾਂ ਹੀ ਆਪਣੀ ਨੀਤੀ ਦੇ ਮੁਤਾਬਕ ਭਾਈ ਆਲੀ ਸਿੰਘ ਮਾਲੀ ਸਿੰਘ ਨੂੰ ਆਪਣੀ ਕਚਹਿਰੀ 'ਚ ਸੱਦਿਆ। ਸੱਦ ਪੁੱਛਿਓ ਤੁਮ ਗੁਰ ਔਰ ਆਇਓ। ਤੇ ਕਹਿਣ ਲੱਗਾ ਸੂਬਾ ਹੰਕਾਰ ਦੇ ਨਾਲ, ਆਲੀ ਸਿਆ ਸੁਣਿਆ ਤੁਹਾਡਾ ਇੱਕ ਨਵਾਂ ਗੁਰੂ ਜੰਮ ਪਿਆ, ਇੱਕ ਤੁਹਾਡਾ ਹੋਰ ਗੁਰੂ ਆ ਗਿਆ, ਇੱਕ ਤਾਂ ਅਸੀਂ ਭਜਾਤਾ ਸੀ, ਇੱਕ ਹੋਰ ਆ ਗਿਆ। ਉਹਨੇ ਬੰਦੇ ਬਹਾਦਰ ਬਾਰੇ ਇਹ ਗੱਲ ਕਹੀ। ਹਾਂਜੀ, ਤੁਮ ਕੋ ਚਾਹੀਆ ਤਾਂ ਉਸ ਪਹਿ ਜਾਓ। ਤੁਸੀਂ ਅਨੰਦਪੁਰ ਵਾਲੇ ਗੁਰੂ ਨੂੰ ਬੜਾ ਮੰਨਦੇ ਸੀਗੇ, ਤੇ ਤੁਹਾਨੂੰ ਚਾਹੀਦਾ ਵੀ ਉਹ ਆਪਣੇ ਨਵੇਂ ਗੁਰੂ ਕੋਲ ਚਲੇ ਜਾਓ। ਹੁਣ ਉਸ ਕੋ ਤੁਮ ਇਹਾਂ ਲੈ ਆਓ। ਤੇ ਉਹਨੂੰ ਲੈ ਆਓ ਮੇਰੇ ਕੋਲ, ਫਿਰ ਮੈਂ ਦੱਸਾਂਗਾ ਵੀ ਉਹ ਕੀ ਲੈਣ ਆਇਆ। ਬੜੇ ਹੰਕਾਰ ਨਾਲ, ਸੂਬੇ ਨੂੰ ਮਾਣ ਬੜਾ ਸੀ, ਕਿਉਂਕਿ ਇਹ ਜਿਹੜਾ ਸਰਹੰਦ ਹੈ ਨਾ, ਸਰਹੰਦ ਦੇ ਬੜੇ ਅਰਥ ਕੀਤੇ ਵਿਦਵਾਨਾਂ ਨੇ। ਇਹਦਾ ਪੁਰਾਣਾ ਨਾਮ ਸ਼ੀਰੰਦ ਕੀਤਾ, ਸ਼ੀ ਨਾਮ ਸ਼ੇਰ ਦਾ, ਰੰਦ ਨਾਮ ਗੁਫਾ ਦਾ। 20-25 ਮੀਲ ਵਿੱਚ ਸ਼ਹਿਰ ਪਸਰਿਆ ਹੋਇਆ ਸੀ, ਅਤੇ ਇਹ ਕਹਿੰਦੇ ਵੀ ਇਹਨੂੰ ਕਹਿੰਦੇ ਸੀ ਵੀ ਸ਼ੇਰ ਦੀ ਗੁਫਾ, ਜਿਹਾ ਜਿਹਾ ਸ਼ੇਰ ਦੀ ਗੁਫਾ 'ਚ ਵੜਨਾ ਉਹੋ ਜਿਹਾ ਸਰਹੰਦ 'ਚ ਵੜਨਾ। ਹੰਕਾਰ ਸੀ ਸੂਬੇ ਨੂੰ ਵੀ ਮੇਰੇ ਸ਼ਹਿਰ 'ਚ ਕੌਣ ਵੜ ਸਕਦਾ, ਮੈਂ ਕਿਸੇ ਨੂੰ ਕੀ ਸਮਝਦਾ, ਇਹੋ ਜਿਹੇ ਬੰਦੇ 50 ਆਉਂਦੇ ਕਹਿੰਦਾ। ਇਹੋ ਜਿਹਾ ਉਹਨੂੰ ਹੰਕਾਰ ਸੀਗਾ, ਮਾਣ ਸੀ ਸਰਹੰਦ ਦੇ ਸੂਬੇ ਨੂੰ। ਹਾਂਜੀ, ਇਹਾਂ ਆਏ ਦੇਊਂ ਅਲੱਖ ਮਿਟਾਏ। ਜਾ ਆਲੀ ਸਿਆ ਨਵੇਂ ਗੁਰੂ ਨੂੰ ਲੈ ਆ, ਆਪਣੇ ਯਾਨੀ ਬੰਦੇ ਬਹਾਦਰ ਨੂੰ ਲੈ ਆ, ਮੈਂ ਉਹਦੀ ਵੀ ਅਲੱਖ ਮੁਕਾ ਦਿਆਂਗਾ, ਇੱਥੇ ਆਣ ਤਾਂ ਦੇ ਤੂੰ। ਰਲੈ ਪੁੱਤਰਨ ਗੁਰ ਸ਼ਿਤਾਬੀ ਜਾਏ। ਉਹ ਜਿਹੜਾ ਤੂੰ ਬੰਦਾ ਆ ਰਿਹਾ ਤੁਹਾਡਾ ਨਵਾਂ ਗੁਰੂ, ਉਹ ਵੀ ਗੁਰੂ ਦੇ ਪੁੱਤਰਾਂ ਕੋਲ ਪਹੁੰਚ ਜਾਏਗਾ, ਜਿੱਥੇ ਫਤਿਹ ਸਿੰਘ ਜ਼ੋਰਾਵਰ ਸਿੰਘ ਭੇਜੇ ਨੇ ਮੈਂ। ਸਿੰਘਣ ਕਹੀ ਜੇ ਹੋਏ ਗੁਰ ਪੂਰਾ। ਬਾਬਾ ਆਲੀ ਸਿੰਘ ਮਾਲੀ ਸਿੰਘ ਨੂੰ ਅੱਗ ਲੱਗ ਗਈ ਸੁਣ ਕੇ। ਉਹਦਾ ਵਿਚਾਰੇ ਟਾਈਮ ਕੱਟਦੇ ਸੀਗੇ, ਮੌਕਾ ਦੇਖਦੇ ਸੀ ਵੀ ਸਮਾਂ ਵੇਖਾਂਗੇ ਜਦੋਂ ਆਏਗਾ।
पर ये सूबे ने की कह दिता है। ते बाबा फिर आली सिंह माली सिंह सिंघां वाली अणख नाल बोले। आली सिंह कहन लगा सूबिया जे साडा वो पूरा गुरु है तो आप आओगो क्या तुम्हें जरूरा ते तेनू बुलाण दी की लोड़ है आपे ही आ रहा हो तू की बुलाएगा वो ते आ रहा उन्हें आई जाना उन्हें कोई रुकना किसे कोलो वो आएगा जरूर आएगा। हाँ फिर उन कहे ओ तुम कहता है पावे अगो फिर सूबा कहन लगा जे मैं तेनू पकड़ फड़ के कैद विच पा लिया तू हुण ते मेरी नौकरी करदा आली सिंह तेनू तनखाह देना तेरी फौज रहिंदी मेरे नाल ते जे तुहानू फड़ के मैं जेल च सिट दिता फिर की करोगे तब छोटा जब हमें दिखावे अच्छा फिर तेनू कैद पा लईए उदो ही छड़ांगा जदों तेरा गुरु आएगा बंदा बहादुर नहीं आवे मैं तुम देऊंगो मार जे ना आया हो ते फिर मैं तुहानू मार दिया ना फिर तो मेनू हक है भी तुहाडा मैं कतल कर दिया जिवें गुरु दे पुत्र मारे सी मैं नीह च चिण के बेड़ी पाई इतै करार फिर बेड़ी पाण वास्ते उन्हें हुक्म देता कहिंदा बेड़ी पा दिओ पैरां नूं हथ कड़ी ला दिओ दोहरा बेड़ी मैं पग नहि रहै तुरक सो तंग कराए परमेश्वर दी खेड ऐसी ओ बेड़ी पैरां नूं पांदे आ ते हथां नूं हथ कड़ी लांदे आ ओ आउंदी ही नहीं तुरक ओनू टाइट कर करके लांदे आ पर होंदी नहीं। हां जी आए वीर सिंघन कहै तुम तुरो बंदे के दाए उधरों बंदे नू वीरां ने खबर कर दित्ती बंदे कोल गैबी शक्तियां सन वीर सन 52 उने काबू कीते होए ओ वीरां दे विचों जिहड़े चार मुख वीर सन उहनां विचों इक वीर आया उहने आली सिंह माली सिंह नू आख्या जेल दे विच तुसी घबराओ ना ਤੁਸੀਂ ਇਥੋਂ ਨਿਕਲ ਚੱਲੋ ਜੇਲ ਵਿੱਚੋਂ ਤੇ ਬੰਦੇ ਕੋਲ ਚੱਲੋ ਜਾਓ ਪਈ ਤਬ ਸਿੰਘਣ ਕੋ ਮਨ ਪਤਿਆਇਆ ਬਾਬਾ ਆਲੀ ਸਿੰਘ ਮਾਲੀ ਸਿੰਘ ਦਾ ਹੌਸਲਾ ਹੋਰ ਵੱਧ ਗਿਆ ਉਹਨਾਂ ਕਿਹਾ ਜੇ ਗੈਬੀ ਸ਼ਕਤੀਆਂ ਸਾਡੇ ਨਾਲ ਨੇ ਉਹ ਪ੍ਰਮਾਤਮਾ ਸਾਡੇ ਨਾਲ ਹੈ ਇਹ ਕੀ ਚੀਜ਼ ਹੈ ਫਿਰ ਸੂਬਾ ਹਾਂਜੀ ਕਹੇ ਨਵਾਬ ਤੇ ਹਿਸਾਬ ਕਰਾਇਆ ਉਹ ਕਹਿਣ ਲੱਗੇ ਨਵਾਬ ਸਾਡਾ ਹਿਸਾਬ ਕਰਦੇ ਅਸੀਂ ਤੇਰੇ ਕੋਲ ਨੌਕਰੀ ਨਹੀਂ ਕਰਨੀ ਨਵਾਬ ਕਹੀ ਹਮ ਹੱਸ ਕਰ ਕਹੀ ਅਗੋਂ ਨਵਾਬ ਬੜਾ ਨੀਤੀਵਾਨ ਸੀ ਉਹਨੇ ਆਖਿਆ ਇਹ ਕਿਤੇ ਜਾ ਕੇ ਨਾ ਰਲ ਜਾਣ ਉਹਦੇ ਨਾਲ ਕਹਿੰਦਾ ਮੈਂ ਤੇ ਮਜ਼ਾਕ ਕਰਦਾ ਸੀ ਤੁਹਾਨੂੰ ਮੈਂ ਤੁਹਾਨੂੰ ਕਹਿ ਥੋੜਾ ਕਰਨ ਲੱਗਾ ਮੈਂ ਤੁਹਾਨੂੰ ਅੰਦਰ ਥੋੜਾ ਪਾਉਣ ਲੱਗਾ ਜੇਲ ਦੇ ਤੁਸੀਂ ਐਵੇਂ ਨਾ ਫਿਕਰ ਕਰੋ ਅਸੀਂ ਤੇ ਉਦਾਂ ਹੀ ਦੇਖਦੇ ਸੀ ਵੀ ਤੁਸੀਂ ਕੀ ਕਹਿੰਦੇ ਹੋ ਉਹ ਪਾਸਾ ਪਲਟ ਗਿਆ ਰਾਜਨੀਤੀ ਲੋਕ ਬੜੇ ਚਲਾਕ ਹੁੰਦੇ ਆ ਸੂਬਾ ਬਹੁਤ ਚਲਾਕ ਸੀਗਾ ਕਹਿੰਦਾ ਮੈਂ ਤੇ ਹੱਸ ਕੇ ਕਿਹਾ ਸੀ ਤੁਹਾਨੂੰ ਕੈਦ ਕਰਾਂਗਾ ਤੁਸੀਂ ਤੇ ਮੇਰੇ ਵਫਾਦਾਰ ਸਿਪਾਹੀ ਹੋ ਮੈਂ ਤੁਹਾਨੂੰ ਆਪਣੀ ਨੌਕਰੀ ਤੋਂ ਨਹੀਂ ਹਟਾਉਣਾ ਹਾਂਜੀ ਅਬ ਨਹਿ ਰਹਿ ਸਿੰਘਣ ਉਸ ਕਹੀ ਪਰ ਆਲੀ ਸਿੰਘ ਕਹਿਣ ਲੱਗੇ ਵੀ ਹੁਣ ਨਹੀਂ ਰਹਿਣਾ ਹੁਣ ਕੀ ਰਹਿ ਗਿਆ ਤੂੰ ਮਜ਼ਾਕ ਕਰ ਰਿਹਾ ਮਜ਼ਾਕ ਥੋੜਾ ਵੀ ਸਾਨੂੰ ਹੱਥ ਕੜੀਆਂ ਦਿਖਾਤੀਆਂ ਨੇ ਬੇੜੀਆਂ ਦਿਖਾਤੀਆਂ ਹੱਥਾਂ ਪੈਰਾਂ ਨੂੰ ਇਹ ਕਾਹਦਾ ਮਜ਼ਾਕ ਹੈ ਤੂੰ ਸਾਨੂੰ ਕਹਿ ਹੀ ਦਿੱਤਾ ਵੀ ਜਾਓ ਤੇ ਹੁਣ ਅਸੀਂ ਜਾਵਾਂਗੇ ਤੁਸੀਂ ਕਹਿ ਇਹ ਮਰਨੋ ਡਰੈ ਨਾਲੇ ਤੂੰ ਇਹ ਸਮਝਦਾ ਵੀ ਸਿੰਘ ਡਰਦੇ ਮਰਨ ਤੋਂ ਅਸੀਂ ਮਰਨ ਤੋਂ ਨਹੀਂ ਡਰਦੇ ਉਹਾਂ ਹੀ ਗਇਓ ਹਮ ਹਮੈ ਅਬ ਸਰੈ ਸਾਡਾ ਤੇ ਉੱਥੇ ਹੀ ਗੁਜ਼ਾਰਾ ਹੁਣ ਬੰਦੇ ਕੋਲ ਤਨਖਾਹ ਮਿਲੇ ਭਾਵੇਂ ਨਾ ਮਿਲੇ ਹੁਣ ਤੇਰੀ ਤਨਖਾਹ ਤੇ ਢਿੱਡ ਨਹੀਂ ਪਾਲਣਾ ਅਸੀਂ ਹਾਂਜੀ ਫੇਰ ਮਿਲੈ ਤਬ ਗੁਰ ਕੇ ਸਾਥ ਜਦੋਂ ਸਾਡੇ ਗੁਰੂ ਦਾ ਬੰਦਾ ਆਏਗਾ ਅਸੀਂ ਉਹਦੇ ਨਾਲ ਆਵਾਂਗੇ ਹੁਣ ਹਾਂਜੀ ਗੁਰ ਫਤਿਹ ਬੁਲਾਈ ਸਿਰ ਧਰ ਹੱਥ ਏਦਾਂ ਕਹਿ ਕੇ ਗੁਰੂ ਸਿੰਘਾਂ ਨੇ ਬਾਬਾ ਆਲੀ ਸਿੰਘ ਮਾਲੀ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਚਹਿਰੀ ਚ ਗਜਾ ਦਿੱਤੀ ਜਿਵੇਂ ਕਦੀ ਬਾਬਾ ਫਤਿਹ ਸਿੰਘ ਜੀ ਗਜਾ ਕੇ ਗਏ ਸੀ ਹਾਂਜੀ ਸੇਹਰ ਖੰਡੇ ਰਾਹ ਪੁੱਛ ਲਇਓ ਇਹ ਸ਼ੇਰ ਖੰਡੇ ਦਾ ਰਾਹ ਪੁੱਛ ਕੇ ਵੀ ਸ਼ੇਰ ਖੰਡਾ ਕਿੱਥੇ ਹੈ ਕਿਉਂਕਿ ਉਦੋਂ ਅੱਜ ਕੱਲ੍ਹ ਵਰਗੇ ਨਕਸ਼ੇ ਨਹੀਂ ਸੀ ਹੁੰਦੇ ਬੜੀ ਔਖਾ ਹੁੰਦਾ ਸੀ ਪਿੰਡਾਂ ਨੂੰ ਲੱਭਣਾ ਪਰ ਸਿਆਣਿਆਂ ਤੋਂ ਪਤਾ ਲੱਗ ਜਾਂਦਾ ਸੀ ਜਿਹੜੇ ਤੁਰਦੇ ਫਿਰਦੇ ਸੀਗੇ ਪਤਾ ਲੱਗਾ ਵੀ ਦਿੱਲੀ ਤੋਂ ਪਰੇ ਸ਼ੇਰੀ ਖੰਡਾ ਉੱਥੇ ਬੰਦਾ ਬਹਾਦਰ ਬੈਠਾ ਉਡੀਕ ਰਿਹਾ ਹੈ ਖਰੋੜ ਪਰਗਨੇ ਮੈਂ ਥਾਉ ਭਇਓ ਪਤਾ ਲੱਗਾ ਵੀ ਇੱਕ ਖਰੋੜ ਪਰਗਣਾ ਹੈ ਅੱਜ ਕੱਲ੍ਹ ਜਿਵੇਂ ਜ਼ਿਲ੍ਹੇ ਨੇ ਪਹਿਲਾਂ ਪਰਗਣੇ ਹੁੰਦੇ ਸੀ ਖਰੋਟ ਪਰਗਣੇ ਦੇ ਵਿੱਚ ਖਰੋਟ ਦੇ ਇਲਾਕੇ ਦੇ ਵਿੱਚ ਸ਼ੇਰੀ ਖੰਡਾ ਪਿੰਡ ਹੈ ਉੱਥੇ ਬੰਦੇ ਦਾ ਡੇਰਾ ਹੈ ਦਿੱਲੀ ਤੇ ਵਹਿ 30 ਕੋ ਕੋਸ ਦਿੱਲੀ ਤੋਂ 30 ਕੋ ਦੂਰ ਬਾਂਗਰ ਵਾਲੇ ਪਾਸੇ ਨੂੰ ਹਰਿਆਣੇ ਦੇ ਵਿੱਚ ਹੈ ਤੁਰੇ ਸਿੰਘ ਦਿਲ ਕਰ ਇਮ ਹੋਸ ਇਹ ਭਾਈ ਆਲੀ ਸਿੰਘ ਮਾਲੀ ਸਿੰਘ ਆਪਣੇ ਨਾਲ ਦਾ ਜਥਾ ਲੈ ਕੇ ਸਰਹੰਦ ਤੋਂ ਤੁਰ ਪਏ ਬੰਦੇ ਕੀ ਪਰ ਤੱਗਿਆ ਲਈਐ ਔਰ ਮਨ ਚ ਸੋਚਿਆ ਇਹਨਾਂ ਨੇ ਵੀ ਆਪਾਂ ਬੰਦੇ ਦੀ ਪ੍ਰੀਖਿਆ ਤਾਂ ਲਈਏ ਵੀ ਬੰਦੇ ਕੋਲ ਵਾਕਿਆ ਹੀ ਕੋਈ ਸ਼ਕਤੀ ਹੈ ਜਾਂ ਐਵੇਂ ਹੀ ਆਪਾਂ ਉਹਦੇ ਭਰੋਸੇ ਦੇ ਤੁਰਨ ਲੱਗੇ ਹਾਂ ਕੰਮ ਬਹੁਤ ਵੱਡਾ ਕੰਮ ਹੈ ਛੋਟਾ ਕੰਮ ਨਹੀਂ ਸੋ ਭਾਈ ਆਲੀ ਸਿੰਘ ਮਾਲੀ ਸਿੰਘ ਸਰਹੰਦ ਤੋਂ ਚਾਲ ਪਾ ਦਿੱਤਾ ਵਜ਼ੀਰੈ ਮਾਰੈ ਇਮ ਚਿਤ ਪਰ ਤਈਐ ਵੇਖੀਏ ਤੇ ਸਹੀ ਵੀ ਐਡੇ ਵੱਡੇ ਸੂਬੇ ਨੂੰ ਮਾਰ ਵੀ ਲਏਗਾ ਬੰਦਾ ਬਹਾਦਰ
कि एवं छेड़ छेड़ के कितने लोगों की गल ना मुसीबत पा दे। ताकत तो देखिए अंदर कोई पावर है वो। हाँ जी, जो हम कहो वो लह नाम। माली सिंह, माली सिंह ने मन च फुरना किया भी जे बंदा बहादुर जाते ही फतेह बुलाने तो बाद साडा नाम लै लवे। साडा नाम तुहानू पता नहीं, असी दसिया नहीं, होर किसी ने दसना नहीं। जे वह आपे ही पछाण के कहे भी आओ आली सिंह जी, आओ भाई माली सिंह, तो समझांगे भी ये पूरा है, ये कोलो गुरु की कृपा शक्ति है। हाँ जी, तब सारे गो सब गुर काम, फिर समझांगे भी ये गुरु दे काम नू पूरा कर देगा। जेडे काम लिए आ रहा है ना पंजाब नू, वो काम इन्हें कर देना है। दोहरा दसों पुचंगी थे तुरे आली माली सिंह साथ। आली सिंह माली सिंह दे नाल दासक पुचंगी सूरबीर जोधे नौजवान सिंह सीगे शस्त्रधारी। दूरों बंदे देख के धरियो माथ पर हाथ। अगों जदों बंदे बहादुर दे कोलो दिल्ली दे कोल पहुंचे बांगर देश विच हरियाणे दे विच, उत्थे शेरी खंडे पिंड जाके जदों फतेह गजाई, बंदे बहादुर ने वेख के आख्या, जाओ भाई वाहिगुरु की फतेह बुलाई। वाहिगुरु जी का खालसा, वाहिगुरु जी की फतेह गजाई। जदों अकाल अकाल की आवाज सुनाई, अकाल अकाल सिंह दा बोला सी, जदों दूर छावनी खालसे दी जां निशान साहब नजर आ जांदा सी ते अकाल अकाल कहना शुरू कर देंदे सीगे। इसे करके पुरातन निहंग सिंह नूं अकाली लिखिया। अकाली बाबा फूला सिंह, अकाली बाबा नैणा सिंह, ਉਹ ਅਕਾਲੀ ਤਾਂ ਕਹੇ ਜਾਂਦੇ, ਉੱਚੇ ਉੱਚੇ ਅਕਾਲ ਅਕਾਲ ਬੋਲਦੇ ਸੀਗੇ। ਸੋ ਅਕਾਲ ਅਕਾਲ ਬੋਲੀ ਹੈ। ਅੱਗੇ ਬੰਦਾ ਜਾਓ ਬਚਨ ਸੁਣਾਏ। ਅੱਗੋਂ ਬਾਬੇ ਬੰਦੇ ਬਹਾਦਰ ਨੇ ਜਾਂਦਿਆਂ ਹੀ ਆਖਿਆ, ਚਾਹਤ ਆਪਣੇ ਨਾਮ ਬਤਾਏ। ਆ ਬਾਬਾ ਆਲੀ ਸਿੰਘ ਦੇ ਮਾਲੀ ਸਿੰਘ ਦੇ ਨਾਮ ਲੈ ਕੇ ਬੁਲਾਇਆ। ਆਲੀ ਮਾਲੀ ਸਿੰਘ ਪਸੌੜੀਏ ਆਏ। ਆਓ ਜੀ ਆਲੀ ਸਿੰਘ ਜੀ, ਆਓ ਭਾਈ ਮਾਲੀ ਸਿੰਘ ਜੀ, ਜੀ ਆਇਆਂ ਨੂੰ ਕਰਾ ਮਾਤ ਘਰੋ ਢੂੰਡਤ ਧਾਏ। ਉਹ ਘਰੋਂ ਪ੍ਰੀਖਿਆ ਲੈਣ ਆ ਗਏ ਸਾਡੀ, ਆਖੋ ਸ੍ਰੀ ਵਾਹਿਗੁਰੂ, ਕਰਾਮਾਤ ਵੇਖਣ ਆ ਗਏ ਹੋ, ਸਾਡੀ ਕਰਾਮਾਤ ਕਾਹਦੀ ਹੈ ਤੇ ਕਲਕੀ ਤਰ ਪਾਤਸ਼ਾਹ ਦੀ ਹੈ। ਆਓ ਸਿੰਘੋ ਜੀ ਆਇਆਂ ਨੂੰ। ਹਾਂਜੀ, ਕਰਾਮਾਤ ਉਸ ਸਤਿਗੁਰ ਮਾਹੀ, ਸਾਡੇ ਚ ਕੋਈ ਕਰਾਮਾਤ ਨਹੀਂ, ਕਰਾਮਾਤ ਤਾਂ ਕਲਕੀ ਤਰ ਪਿਤਾ ਜੀ ਵਿੱਚ ਹੈ, ਜਿਨ੍ਹਾਂ ਨੇ ਸਾਨੂੰ ਬਨਵਾਜਿਆ ਹੈ। ਭੇਜਣ ਵਾਰੋ ਲਾਜ ਰਖਾਹੀ, ਉਹ ਆਪ ਹੀ ਭੇਜਣ ਵਾਲੇ ਨੇ, ਜਿਹੜੇ ਕੰਮ ਨੂੰ ਭੇਜਿਆ ਆਪ ਕਰਨਗੇ, ਮੈਂ ਥੋੜਾ ਕਰਨਾ ਹੈ। ਜੋ ਕਹੇ ਉਨਕੋ ਨਾਮ ਸੁਣਾਇਓ। ਏਦਾਂ ਜਦੋਂ ਆਲੀ ਸਿੰਘ ਮਾਲੀ ਸਿੰਘ ਦਾ ਨਾਮ ਲਿਆ ਬੰਦੇ ਬਹਾਦਰ ਨੇ, ਤਾਂ ਉਨਕੋ ਮਨ ਠੀਕ ਪ੍ਰਤ ਆਇਓ। ਦੋਵਾਂ ਸਿੰਘਾਂ ਦਾ ਤੇ ਸਾਰੇ ਸਿੰਘਾਂ ਦਾ ਮਨ ਟਿਕ ਗਿਆ ਵੀ ਇਹ ਬੰਦਾ ਵਾਕਈ ਗੁਰੂ ਦਾ ਬੰਦਾ, ਇਹਦੇ ਕੋਲ ਕੋਈ ਗੈਬੀ ਸ਼ਕਤੀ ਹੈ, ਸਾਰੇ ਕੰਮ ਕਰੇਗਾ। ਮਾਲੀ ਆਲੀ ਸਿੰਘ ਬੰਦਾ ਕਹੀ, ਅਗੋਂ ਬਾਬਾ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਬੰਦਾ ਕਹਿਣ ਲੱਗਾ, ਹੁਣ ਮੈਂ ਤੁਮ ਮੈਂ ਭੇਦੋ ਨਹੀਂ। ਬਾਬਾ ਆਲੀ ਸਿੰਘ ਮਾਲੀ ਸਿੰਘ ਨੂੰ ਇਸ ਤਰ੍ਹਾਂ ਵਚਨ ਕੀਤੇ ਤੇ ਬੰਦੇ ਆਲੀ ਸਿੰਘ ਤੇ ਮਾਲੀ ਸਿੰਘ ਬੰਦੇ ਨੂੰ ਕਹਿੰਦੇ ਆ ਵੀ ਤੁਸੀਂ ਵੀ ਤੇ ਗੁਰੂ ਦਾ ਹੀ ਰੂਪ ਹੋ, ਤੁਹਾਡੇ 'ਚ ਤੇ ਗੁਰੂ 'ਚ ਕੀ ਫਰਕ ਹੈ, ਗੁਰੂ ਨੇ ਤੁਹਾਨੂੰ ਭੇਜਿਆ, ਗੁਰੂ ਨੇ ਸ਼ਕਤੀ ਦੇ ਕੇ ਭੇਜਿਆ, ਖਾਲਸਾ ਮੇਰਾ ਰੂਪ ਹੈ ਖਾਸ। ਹਾਂਜੀ, ਅਬ ਹੈ ਕਾਹੇ ਕੋ ਦੇਰ ਲਗਾਈ, ਤੇ ਬਾਬਾ ਜੀ ਹੁਣ ਦੇਰ ਕਾਹਦੀ ਲਾਈ, ਇੱਥੇ ਕੀ ਉਡੀਕੀ ਜਾਂਦੇ ਹੋ ਬੈਠੇ ਤੁਸੀਂ ਹਰਿਆਣੇ ਦੇ ਵਿੱਚ ਬਾਂਗਰ ਦੇ ਵਿੱਚ। ਕਰੋ ਕਾਰ ਕਰਨ ਆਏ ਜਾਹੀ, ਜਿਹੜੇ ਕੰਮ ਨੂੰ ਆਏ ਉਹ ਕਰੋ, ਚੱਲੀਏ ਹੁਣ ਆਪਾਂ ਸਰਹੰਦ ਨੂੰ। ਫਿਰ ਬੰਦੋ ਨਾ ਉਸ ਉਨ ਸੋ ਕਹੀ, ਬਾਬੇ ਬੰਦੇ ਨੇ ਅੱਗੋਂ ਆਲੀ ਸਿੰਘ ਮਾਲੀ ਸਿੰਘ ਨੂੰ ਸਮਝਾਇਆ, ਸਿੰਘ ਆਵਤ ਹੈ ਮਿਲਨੇ ਕਈ, ਕਿ ਬਾਬਾ ਜੀ ਅਸੀਂ ਤਿਆਰ ਹਾਂ ਪਰ ਅਜੇ ਖਾਲਸਾ ਸਾਰਾ ਇਕੱਠਾ ਨਹੀਂ ਹੋਇਆ, ਸਿੰਘ ਪਿੰਡਾਂ ਤੋਂ ਤੁਰ ਪਏ ਨੇ, ਖਬਰਾਂ ਆ ਰਹੀਆਂ ਨੇ, ਮਾਝੇ ਦੇ ਸਿੰਘ, ਮਾਲਵੇ ਦੇ ਸਿੰਘ, ਦੁਆਬੇ ਦੇ ਸਿੰਘ ਤੁਰੇ ਆਉਂਦੇ ਆ, ਕੋਈ 150 ਦਾ ਜਥਾ ਅੱਗੇ, ਕੋਈ 150 ਦਾ ਪਿੱਛੇ, ਏਦਾਂ ਸਿੰਘਾਂ ਦਾ ਦਲ ਇਕੱਠਾ ਹੋਣਾ ਅਜੇ ਬਾਕੀ ਹੈ। ਹੁਣ ਕਹੋ ਚਾਹੀਏ ਸਾਂਗਰ ਲਾਏ, ਆਪਾਂ ਸਰਹੰਦ ਤੇ ਤਾਂ ਹਮਲਾ ਕਰਨਾ ਜੇ ਆਪਣੇ ਕੋਲ ਤਾਕਤ ਪੂਰੀ ਹੋ ਜਾਵੇ, ਆਪਾਂ ਪਹਿਲਾਂ ਸਿੰਘਾਂ ਨੂੰ ਨਾਲ ਲੈ ਲਈਏ ਪੰਥ ਨੂੰ। ਇਮ ਕਰਕੇ ਹਮ ਦੇਰ ਲਗਾਏ, ਇਸ ਕਰਕੇ ਅਸੀਂ ਦੇਰੀ ਕਰ ਰਹੇ ਹਾਂ ਵੀ ਸਿੰਘ ਸਾਰੇ ਇਕੱਤਰ ਹੋ ਜਾਣ, ਜਿਨ ਪੈ ਅੱਗੇ ਚਿੱਠੇ ਥੀ ਗਏ, ਜਿਨ੍ਹਾਂ ਕੋਲ ਚਿੱਠੇ ਗਏ ਸੀਗੇ ਅੱਗੇ, ਸੋ ਅਬ ਆਵਤ ਦੂਰੋਂ ਧਏ, ਉਹ ਦੂਰੋਂ ਆ ਰਹੇ ਨੇ, ਅਸੀਂ ਉਹਨਾਂ ਨੂੰ ਜੇ ਬਿਨਾਂ ਉਡੀਕਿਆਂ ਕੰਮ ਕਰ ਦਈਏ, ਉਹ ਕਹਿਣਗੇ ਸਾਨੂੰ ਕਾਹਦੇ ਵਾਸਤੇ ਬੁਲਾਇਆ ਸੀ, ਜੇ ਸਾਨੂੰ ਨਾਲ ਨਹੀਂ ਸੀ ਲੈਣਾ, ਜਿਹਨੂੰ ਬੁਲਾਈਏ ਉਹਦੀ ਉਡੀਕ ਕਰਨੀ ਪੈਂਦੀ ਹੈ, ਉਹਨੂੰ ਨਾਲ ਰਲਾਉਣਾ ਪੈਂਦਾ। ਦੋਹਰਾ ਉਨਕੈ ਦਿਲ ਕੀ ਹਮ ਬੁਝੈ ਵੈ ਚਾਹੇ ਫਤਿਹ ਲਈ ਆਪ। ਸੋ ਉਹ ਸਾਰੇ ਸਿੰਘ ਜਿਹੜੇ ਨਾ ਉਹ ਆਪਣੇ ਹੱਥਾਂ 'ਤੇ ਚੱਕ ਮਾਰਦੇ ਹੈ, ਕਚੀਚੀਆਂ ਵੱਟਦੇ ਹੈ, ਉਹ ਅਰਦਾਸਾਂ ਕਰਦੇ ਆ ਵੀ ਇੱਕ ਦਿਨ ਲਈ ਜਿਉਂਦੇ ਰਹਿ ਜਾਈਏ ਅਸੀਂ ਸਰਹੰਦ ਨੂੰ ਫਤਿਹ ਕਰਕੇ, ਉਸੇ ਦਿਨ ਹੀ ਮਰ ਜਾਈਏ।
ਉਹ ਇਹੋ ਜਿਹੀ ਅਰਦਾਸਾਂ ਕਰਦੇ ਅਸੀਂ ਉਹਨਾਂ ਸਿੰਘਾਂ ਨੂੰ ਕਿਵੇਂ ਛੱਡ ਦਈਏ ਪਿੱਛੇ ਦੱਖਣ ਪੂਰਬ ਪੱਛਮ ਪਰਬਤ ਆਏ ਥਾਪ ਪੂਰਬ ਤੋਂ ਪਟਨੇ ਤੱਕ ਦੇ ਸਿੱਖ ਆ ਰਹੇ ਨੇ ਔਰ ਦੱਖਣ ਤੋਂ ਸਿੱਖ ਆ ਗਏ ਨੇ ਇੱਧਰ ਉੱਤਰ ਦੇ ਸਿੱਖ ਪਹਾੜ ਦੇ ਸਿੱਖ ਵੀ ਆ ਰਹੇ ਨੇ ਕਸ਼ਮੀਰ ਦੇ ਸਿੱਖ ਆ ਰਹੇ ਨੇ ਤੇ ਪੱਛਮ ਤੋਂ ਸਿੰਘ ਕਾਬਲ ਕੰਧਾਰ ਤੋਂ ਤੁਰੇ ਹੋਏ ਨੇ ਚਾਓ ਪਈ ਤਉ ਲਓ ਮਾਲਵੇਓ ਖਾਲਸੋ ਆਇਓ ਅਜੇ ਬਾਬਾ ਆਲੀ ਸਿੰਘ ਮਾਲੀ ਸਿੰਘ ਪਹੁੰਚੇ ਸੀਗੇ ਪਿੱਛੋਂ ਮਾਲਵੇ ਦਾ ਖਾਲਸਾ ਆ ਗਿਆ ਮਲਵਈ ਸਿੰਘ ਆ ਗਏ ਫਤਿਹ ਸਿੰਘ ਭਾਈ ਕਾ ਲਿਆਇਓ ਇਹ ਕੌਣ ਲੈ ਕੇ ਆਇਆ ਮਾਲਵੇ ਦੇ ਸਿੰਘਾਂ ਦੀ ਜਥੇਦਾਰੀ ਬਾਬਾ ਫਤਿਹ ਸਿੰਘ ਜੀ ਭਾਈ ਕੇ ਭਾਈ ਸਾਹਿਬ ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ ਇਹ ਆਏ ਹਨ ਕਰਮ ਸਿੰਘ ਰੂਪੇ ਵਾਰੇ ਔਰ ਕਰਮ ਸਿੰਘ ਧਰਮ ਸਿੰਘ ਰੂਪੇ ਕੇ ਤਰਖਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਭਾਈ ਰੂਪੇ ਨੇ ਪਾਣੀ ਪਿਆਇਆ ਸੀਗਾ ਸਤਿਗੁਰੂ ਗਰੀਬ ਨਿਵਾਜ 30 ਕੋਹ ਦੇ ਦੂਰ ਬੈਠੇ ਸੀਗੇ ਗਰਮੀ ਦੀ ਦੁਪਹਿਰ ਸੀ ਪਿਓ ਪੁੱਤਰ ਲੱਕੜਾਂ ਵੱਢਣ ਗਏ ਗਰੀਬ ਤਰਖਾਣ ਸਨ ਰੂਪਾ ਦੇ ਉਹਦਾ ਪਿਓ ਸਾਧੂ ਗੁਰੂ ਘਰ ਦੇ ਬਾਹਲੇ ਪ੍ਰੇਮੀ ਜੰਡ ਨਾਲ ਪਾਣੀ ਟੰਗਿਆ ਤੇ ਸਾਧ ਸੰਗਤ ਜੀ ਪੁੱਤਰ ਨੇ ਹੱਥ ਲਾਇਆ ਪਿਆਸ ਲੱਗੀ ਕਹਿੰਦਾ ਬਾਪੂ ਪਾਣੀ ਬੜਾ ਠੰਡਾ ਕਹਿੰਦਾ ਪੁੱਤ ਪੀ ਲੈ ਕਹਿੰਦਾ ਬਾਪੂ ਇਹ ਪਾਣੀ ਆਪਣੇ ਗਰੀਬਾਂ ਦੇ ਪੀਣ ਵਾਲਾ ਥੋੜ੍ਹਾ ਇਹ ਤਾਂ ਸੱਚੀ ਸਰਕਾਰ ਦੇ ਪੀਣ ਵਾਲਾ ਹੈ ਛੇਵੇਂ ਪਾਤਸ਼ਾਹ ਦੇ ਪੀਣ ਯੋਗ ਹੈ ਆਪਾਂ ਤਾਂ ਜੱਟ ਬੂਟ ਸਿੱਧੇ ਜੇ ਤਰਖਾਣ ਗਰੀਬ ਹਾਂ ਜਿੱਥੋਂ ਪਾਣੀ ਮਿਲੇ ਕੋਸਾ ਵੀ ਪੀ ਲੈਣਾ ਉਹ ਵੀ ਪਿਓ ਵੀ ਸਿਦਕੀ ਸੀ ਕਹਿਣ ਲੱਗਾ ਪੁੱਤਰ ਠੀਕ ਹੈ ਜੇ ਉਹਨਾਂ ਦੇ ਪੀਣ ਯੋਗਾ ਤੂੰ ਨਾ ਪੀ ਤੇ ਪਿਓ ਨੂੰ ਪਿਆਸ ਲੱਗੀ ਉਹਨੇ ਵੀ ਹੱਥ ਲਾਇਆ ਕਹਿੰਦਾ ਪਾਣੀ ਤੇ ਪੁੱਤ ਆਪਣੇ ਪੀਣ ਵਾਲਾ ਵਾਕਿਆ ਹੀ ਕੋਈ ਨਹੀਂ ਇੱਦਾਂ ਕਈ ਵਾਰੀ ਪਿਆਸ ਲੱਗਦੀ ਰਹੀ ਹੱਥ ਲਾਉਂਦੇ ਰਹੇ ਬਹਿ ਜਾਂਦੇ ਰਹੇ ਉਹ ਜੰਡ ਹੁਣ ਵੀ ਮੌਜੂਦ ਹੈ ਜੰਡ ਸਾਹਿਬ ਗੁਰਦੁਆਰਾ ਰੂਪੇ ਦੇ ਕੋਲ ਜਦੋਂ ਦੁਪਹਿਰ ਬੇਹੋਸ਼ ਹੋ ਕੇ ਡਿੱਗ ਪਏ ਨਾ ਪਾਣੀ ਤੋਂ ਬਿਨਾਂ ਤੇ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਡਰੌਲੀਓ ਬਿਨਾਂ ਕਿਸੇ ਸਿੱਖ ਨੂੰ ਲਏ ਘੋੜੇ ਤੇ ਸਵਾਰ ਹੋ ਕੇ ਉੱਥੇ ਪਹੁੰਚ ਗਏ ਤੇ ਆ ਕੇ ਭਾਈ ਰੂਪੇ ਦਾ ਪਾਣੀ ਪੀਤਾ ਰੂਪੇ ਨੂੰ ਬਖਸ਼ਿਸ਼ਾਂ ਕੀਤੀਆਂ ਰੂਪੇ ਦੇ ਅੱਗੋਂ ਫਿਰ ਭਾਈ ਕਰਮ ਸਿੰਘ ਧਰਮ ਸਿੰਘ ਪਰਮ ਸਿੰਘ ਇਹ ਜਿਹੜੇ ਹੋਏ ਨੇ ਉਹਨਾਂ ਦੇ ਪੋਤਰੇ ਭਾਈ ਰੂਪੇ ਦੇ ਪੋਤਰੇ ਹੋਏ ਆ ਦਸਵੇਂ ਪਾਤਸ਼ਾਹ ਦੀ ਇਹਨਾਂ ਨੇ ਬੜੀ ਸੇਵਾ ਕੀਤੀ ਜਦੋਂ ਮਹਾਰਾਜ ਮਾਲਵੇ 'ਚ ਆਏ ਉਹਨਾਂ ਦੇ ਨਾਲ ਹੁਕਮਨਾਮਾ ਖਾਸ ਤੌਰ 'ਤੇ ਆਇਆ ਸੀ ਵੀ ਤੁਸੀਂ ਮਾਲਵੇ ਦੇ ਸਿੱਖਾਂ ਨੂੰ ਲੈ ਕੇ ਆਉਣਾ ਫਤਿਹ ਸਿੰਘ ਹੋਰੀ ਜਿਹੜੇ ਸੀ ਬਰਾੜ ਸੀਗੇ ਅਤੇ ਜਿਹੜੇ ਇਹ ਸੀਗੇ ਭਾਈ ਰੂਪੇ ਵਾਲੇ ਇਹ ਤਖਾਣ ਸੀਗੇ ਇਹ ਸਾਰੀਆਂ ਸਿੰਘਾਂ ਦੀ ਫੌਜਾਂ ਲੈ ਕੇ ਮਲਵਈ ਸਿੰਘਾਂ ਦੀਆਂ ਇਹ ਬੰਦੇ ਕੋਲ ਪਹੁੰਚ ਗਏ ਨੇ ਸੇਰੀ ਖੰਡੇ ਹਾਂਜੀ ਆਏ ਤੇ ਭੀ ਗੁਰੂ ਪਿਆਰੇ ਇਹ ਗੁਰੂ ਦੇ ਪਿਆਰੇ ਸੀਗੇ ਮਾਲਵੇ ਦੇ ਸਾਰੇ ਸਿੱਖ ਸਭ ਆ ਗਏ ਹਥਿਆਰਬੰਦ ਹੋ ਕੇ ਰਾਮਾ ਤੇ ਲੋਕਾ ਆਪ ਨਾ ਆਏ ਬਾਬਾ ਰਾਮ ਸਿੰਘ ਜੀ ਬਾਬਾ ਤਰਲੋਕ ਸਿੰਘ ਜੀ ਇਹ ਪਟਿਆਲੇ ਦੇ ਰਾਜੇ ਹੋਏ ਆ ਜਿਨ੍ਹਾਂ ਚੋਂ ਬਾਬਾ ਆਲਾ ਸਿੰਘ ਜੀ ਰਾਮ ਸਿੰਘ ਦੇ ਹੋਏ ਨੇ ਤੇ ਤਰਲੋਕ ਸਿੰਘ ਦੇ ਅੱਗੋਂ ਸੁਖਚੈਨ ਸਿੰਘ ਤੇ ਗੁਰਦਿੱਤ ਸਿੰਘ ਨਾਭਾ ਤੇ ਜੀਂਦ ਇਹ ਦੋ ਤਿੰਨ ਰਿਆਸਤਾਂ ਹੋਈਆਂ ਨੇ ਬਾਬੇ ਫੂਲ ਬੰਸੀ ਕਹਿੰਦੇ ਇਹਨਾਂ ਨੂੰ ਜਿਹਨੇ ਗੁਰੂ ਸਾਹਿਬ ਦੇ ਅੱਗੇ ਪੇਟ ਵਜਾਇਆ ਸੀ ਤੇ ਮਹਾਰਾਜ ਨੇ ਆਖਿਆ ਸੀ ਇਹਨਾਂ ਦੇ ਘੋੜੇ ਜਮਨਾ 'ਚ ਪਾਣੀ ਪੀਣਗੇ ਉਹਦੇ ਪੁੱਤਰ ਸਨ ਬਾਬਾ ਰਾਮ ਸਿੰਘ ਤਰਲੋਕ ਸਿੰਘ ਰਾਮਾ ਤਰਲੋਕਾ ਉਹਨਾਂ ਨੇ ਦਮਦਮੇ ਅੰਮ੍ਰਿਤ ਛਕਿਆ ਸੀ ਉਹਨਾਂ ਦੀ ਇੱਕ ਸਮੱਸਿਆ ਸੀ ਪਟਿਆਲੇ ਵਾਲੇ ਨਾਭੇ ਵਾਲੇ ਰਾਜਿਆਂ ਦੀ ਕਿ ਉਹ ਉਸ ਵਿਚਾਰੇ ਸਰਕਾਰ ਨਾਲ ਵੀ ਗੰਢ ਜੋਟ ਰੱਖਣੀ ਹੁੰਦੀ ਉਹਨਾਂ ਨੇ ਸਰਕਾਰ ਨੂੰ ਵੀ ਪਰਦਾ ਪਾ ਕੇ ਰੱਖਣਾ ਸੀ ਆਪ ਨਾ ਆਏ ਬਾਬਾ ਰਾਮ ਸਿੰਘ ਤਰਲੋਕ ਸਿੰਘ ਆਪ ਨਹੀਂ ਆਏ ਦੇ ਖਰਚ ਉਹਨ ਭੇਜੇ ਪਰਾਏ ਉਹਨਾਂ ਨੇ 2000 ਫੌਜ ਇਕੱਠੀ ਕਰਕੇ ਬਰਾੜਾਂ ਦੀ ਮਲਵਈਆਂ ਦੀ ਉਹਨਾਂ ਨੂੰ ਖਰਚ ਦਿੱਤਾ ਗੁਪਤ ਰੂਪ ਦੇ ਵਿੱਚ ਫੌਜ ਤਿਆਰ ਕਰਕੇ ਬਾਬਾ ਰਾਮ ਸਿੰਘ ਨੇ ਬਾਬਾ ਤਰਲੋਕ ਸਿੰਘ ਨੇ ਬੰਦੇ ਬਹਾਦਰ ਕੋਲ ਭੇਜੀ 2000 ਸਿੱਖ ਜਿਹੜਾ ਤਨਖਾਹਦਾਰ ਉਹ ਪਟਿਆਲੇ ਵਾਲਿਆਂ ਨੇ ਤੇ ਨਾਭੇ ਵਾਲਿਆਂ ਨੇ ਭੇਜਿਆ ਮਹਾਰਾਜ ਵਾਲੇ ਕਿਛ ਲੁੱਟਣ ਆਏ ਜਿਹੜੇ ਮਹਾਰਾਜੀਏ ਸਨ ਮਹਾਰਾਜ ਵਾਲੇ ਕੌੜੇ ਉਹਨਾਂ ਨੂੰ ਸੀਗਾ ਵੀ ਚਲੋ ਸਰਹੰਦ ਲੁੱਟ ਮਾਰ ਕਰਾਂਗੇ ਬੰਦੇ ਦੇ ਨਾਲ ਰਲ ਕੇ ਉਹ ਵੀ ਆ ਗਏ ਫੂਲ ਪੁੱਤਰਨ ਤੇ ਖਰਚ ਲੈ ਧਾਏ ਉਹ ਵੀ ਬਾਬਾ ਰਾਮ ਸਿੰਘ ਜੀ ਤੇ ਬਾਬਾ ਤਰਲੋਕ ਸਿੰਘ ਜੀ ਤੋਂ ਪਟਿਆਲੇ ਵਾਲੇ ਰਾਜਿਆਂ ਤੋਂ ਖਰਚਾ ਲੈ ਕੇ ਆਏ ਕੋਟ ਕਪੂਰੀਏ ਆਏ ਨਾ ਕੋਈ ਕੋਟ ਕਪੂਰਿਆਂ ਚੋਂ ਕੋਈ ਨੀ ਆਇਆ ਕਪੂਰਾ ਜਿਹੜਾ ਬਰਾੜ ਹੋਇਆ ਨਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਕਪੂਰ ਸਿੰਘ ਬਣਾਇਆ ਪਰ ਇਹ ਨਹੀਂ ਆਇਆ ਇਮ ਰਹੇ ਉਹ ਕਪੂਰੋ ਖਾਲੀ ਤੋਈ ਕਪੂਰਾ ਖਾਲੀ ਰਹਿ ਗਿਆ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਆਏ ਸੀ ਨਾ ਕੋਟ ਕਪੂਰੇ ਤੇ ਕਪੂਰੇ ਨੂੰ ਆਖਿਆ ਸੀ ਕਿਲਾ ਦੇ ਅਸੀਂ ਜੰਗ ਕਰਨਾ ਮੁਕਤਸਰ ਦੀ ਜੰਗ ਦੀ ਗੱਲ ਹੈ ਪਹਿਲਾਂ ਕੋਟ ਕਪੂਰੇ ਮੁਕਤਸਰ ਦੇ ਬਾਅਦ 'ਚ ਗਏ ਮਹਾਰਾਜ ਪਹਿਲਾਂ ਕੋਟ ਕਪੂਰੇ ਆਏ ਉੱਥੇ ਗੁਰਦੁਆਰਾ ਬਣਿਆ ਮਹਾਰਾਜ ਕਹਿੰਦੇ ਕਪੂਰਿਆ ਕਿਲਾ ਦੇ ਤੇਰੇ ਕਿਲੇ ਵਿੱਚ ਵੜ ਕੇ ਅਸੀਂ ਸਰਹੰਦ ਦੇ ਸੂਬੇ ਨਾਲ ਜੰਗ ਕਰ ਲਈਏ
कपूरा कहता महाराज किला मेरा कहनू बर्बाद कराओगे, मैनू फाहे लवाओगे। ये बचन ओहदे मूंह तो निकलिया, मैनू फाहे लवाओगे। महाराज कहते फाहे ते तुरकां ने लाना तेनू, फाहे ते तुरक ला के मारनगे वह भी बिस्टा का तोबरा मूँह चाड़ के। सो बंदे बहादुर दे समय कोट कपूरे का बराड़ कपूरा नहीं पहुंचया। दोहरा तब बंदा ने दौड़ कर लियो समाना मार, बस फिर बंदे ने हला कीता समाना मार लिया। पहला कैथल मारिया, छोटा जिहा ठाणा सीगा वो कैथल दा इलाका। वह लंबियां कथा ने सारियां नहीं बयान हो सकदियां किथे किथे उन्हें मार मारी। समाणा बहुत वड्डा सीगा। समाणा क्यों मारिया? क्योंकि गुरु तेग बहादुर साहब नू कतल करन वाला जलालुद्दीन जलाद वो समाणे दा सीगा, ते जिन्हां ने साहबजादे नीहां चिणे शासल बेग बासल बेग वह भी समाणे दे सीगे। 22 पालकियां समाणियों निकलदियां सी, वड्डे वड्डे खान बहादुर उत्थे राज करदे सीगे। उन्हां सारियां नू चंगा खालसे ने तेग दा मजा चखाया। हां जी, फतेह आई फतेह सिंह को सो बंदे कियो फौजदार। समाणे दे जंग च फतेह सिंह ने बड़ी बहादुरी दिखाई, इस करके बाबे बंदे बहादुर ने उन्हें फौजदार बना लिया। चौ पई मार जब शहर समाणो, जदों मार लिया शहर समाणा, तब तुरकन सिर कहर बहानो। बड़ा कहर तुरकां सिर वरत्या, कहिंदे 10,000 तुरक मारिया गया समाणे शहर दे विच। बिन बोधी जो सिंगन पायो, जदों सिंह बड़े ना शहर दे विच, उन्हां ने वेख्या भी जिहदे सिर ते बोधी है वह छड्ड दिओ बाकी झटक दिओ। गुस्सा ही बड़ा सी खालसे नूं समाणे वालियां ते, जिहदे सिर ते बोधी सीगी यानी हिंदू सी, हिंदू नूं नहीं मारिया ते तुरक नहीं कोई छड्डिया। तुंबड जिम तिन सीस उडायो, तुंबियां तरह उडाते सिर वड वड के। दोहरा बजीदा कारा जब कियो समाणिए पीथे नाल, क्योंकि जदों सूबे ने साहबजादे नीहां च चिणे सीगे उदों समाणिए नाल सी उहदे। फौजदार उह पी हुता पालकी 22 वार, 22 पालकियां समाणे दियां निकलदियां सी। सारे सरहंद दे सूबे दे मतहत सन, ते गुरु कलगीधर नाल चमकौर दे जंग विच भी समाणे दी फौज विरोध च लड़ी सी। चौ पई शहर समाणो जब लयो मार, जदों सिंघां ने बंदे बहादुर ने समाणा मार लिया। गयो दलिदर दलिदरन वार, उस वेले तंगी तुरसी भी निकल गई, खर्चा बहुत मिलिया, सारा समाणा शहर लुटिया, लखां रुपया उत्थों लभा, तोपां बड़ियां वड्डियां वधिया वधिया तोपखाना खालसे दे काबू आ गया, घोड़े बड़े चंगे जंगी आ गए, शस्त्रां दा कोई अंत ना रहा, दलिद्र सारा निकल गया खालसे दा। तब बंदा ने चित बिचारी, हुण बाबे बंदे ने जो सोचिया, वजीरा लुटिया फौज कर भारी, वजीद खां दे उदों हमला करना जदों फौज बहुत तगड़ी हो जावे, माझे दे सिंह वी रल जाण नाल। उहां वजीरे कल्ले हलकारे, और वजीर खां ने फिर हलकारे भेजे। बंदा कहो तब अगम बिचारे, बाबे बंदे बहादुर ने विचार कीती, एक है कानो एक हाथ एक, उन्हां ने जदों वजीर खां ने सिंघां दा भेत लैण लई ना CID वाले भेजे, दो बंदे, एक दी अख काणी सीगा एक दा हथ वड्डिया होया सी। ओह बंदे सादे जे बण के वी इन्हां दे कौण शक करेगा, ओह सिंघां दे दल विच फिरदे सीगे। पकड़ मंगावो बाजारों देख, बदवे बंदे बहादुर ने अपनी आत्मक शक्ति नाल जाण लिया भी दो बंदे CID दे दल विच फिरदे आ। सिंघां ने पुछया जी की निशानी है? बाबा जी कहंदे एक दी अख कोई नहीं एक दा हाथ कोई नहीं। जह दसे सो तहां से खड़े, ओ जिथे बंदे बहादुर ने कहा सी उथे खड़े, उथे ही सिंघां ने जाके फड़ ले। लियाए सिंह उहां ते फड़े, उहनां नूं फड़ के बंदे दे सामने पेश कीता, एक काणा सी एक हथ तो टुंडा सी। जूते मारते गंजे करे, जुतियां मार मार के सिंघां ने गंजे करते। नाम वजीरे लै लै खरे, ते वजीर खां दा नां लै के जुतियां मारियां, तुहाडे सिर नहीं पै रहियां तुहाडे सूबे नूं मार रहे हां। लिख के चिट्ठे उन हाथ दए, ते चिट्ठे लिख के सिंघां ने उहनां नूं देते भी आ लै जो, मारना नहीं तुहानूं असीं, ਇਹ ਆਪਣੇ ਸੂਬੇ ਨੂੰ ਜਾ ਕੇ ਦੇ ਦਿਓ ਵੀ ਜਿੰਨੀਆਂ ਕੁ ਜੁੱਤੀਆਂ ਤੁਹਾਨੂੰ ਪਈਆਂ ਨੇ ਇਹ ਤੂੰ 100 ਗੁਣਾ ਉਹਨੂੰ ਪੈਣੀਆਂ ਨੇ ਤੇ ਤਗੜਾ ਹੋ ਜਾਵੇ। ਕਹਿਓ ਵਜੀਰੇ ਹਮ ਅਬ ਆਏ, ਤੇ ਵਜੀਦੇ ਨੂੰ ਕਹਿ ਦਿਆ ਜੇ ਵੀ ਅਸੀਂ ਆ ਗਏ ਹਾਂ, ਹੁਣ ਕੋਈ ਇਹ ਨਾ ਸਮਝੇ ਵੀ ਕੋਈ ਲਿਹਾਜ਼ ਹੋਣਾ, ਆ ਗਏ ਹਾਂ, ਬੰਦਾ ਲੋਹੇ ਦਾ ਸੁਹਾਗਾ ਆ ਗਿਆ,
ਬੰਦਾ ਲੋਹੇ ਦਾ ਸੁਹਾਗਾ ਗਿਰੜੀ ਜਿਵੇਂ ਭੰਨ ਦਿੰਦੀ ਹੈ ਨਾ ਡਲਿਆਂ ਨੂੰ, ਇਹ ਤਾਂ ਭੰਨਾਂਗੇ ਹੁਣ। ਇਹ ਸੁਣ ਵਜ਼ੀਰੇ ਚਿੰਤਾ ਜਾਨੀ, ਇਹ ਸੁਣ ਕੇ ਵਜ਼ੀਰ ਖਾਨ ਨੂੰ ਚਿੰਤਾ ਹੋ ਗਈ ਵੀ ਹੈ ਸਮਾਣਾ ਮਾਰ ਲਿਆ ਔਰ ਇੰਨੀ ਛੇਤੀ, ਰਾਤੋ ਰਾਤ ਜਾ ਕੇ ਫਤਿਹ ਕਰਤਾ ਮੋਰਚਾ, ਛੱਡਾ ਨਾ ਬੰਦਾ ਯਾਉ ਮਤ ਆਨੀ, ਹੁਣ ਸੂਬੇ ਦੇ ਪਾਪ ਕੰਬ ਗਏ ਵੀ ਬੰਦਾ ਮੈਨੂੰ ਛੱਡਣ ਨੀ ਲੱਗਾ। ਸ਼ਹਿਰ ਮਾਹੇ ਪੈ ਗਯੋ ਤਰਥੱਲਾ, ਔਰ ਸਰਹੰਦ ਸ਼ਹਿਰ ਚ ਤਰਥੱਲੀ ਮੱਚ ਗਈ, ਘਰ ਘਰ ਚੱਲੀ ਬੰਦੇ ਕੀ ਗੱਲਾਂ, ਘਰ ਘਰ ਬੰਦੇ ਦੀਆਂ ਗੱਲਾਂ ਚੱਲਣ ਲੱਗੀਆਂ ਸਰਹੰਦ ਵਿਚ। ਆਯੋ ਆਈ ਬਹੁ ਬੰਦਾ, ਬੰਦਾ ਆ ਗਿਆ, ਬੰਦਾ ਆ ਗਿਆ, ਬੰਦਾ ਆ ਗਿਆ, ਪੂਰੇ ਪੰਜਾਬ ਚ ਗੱਲ ਪਸਰ ਗਈ। ਸ਼ਹਿਤ ਕਤਲ ਵਹਿ ਸ਼ਹਿਰ ਹੈ ਕਈ, ਉਹ ਕਈ ਸ਼ਹਿਰ ਕਤਲ ਕਰੇਗਾ, ਉਹਨੇ ਕੋਈ ਸ਼ਹਿਰ ਨੀ ਛੱਡਣਾ। ਦੋਹਰਾ ਵਜ਼ੀਰਾ ਕੀਓ ਗਜਬ ਜੋ ਭਯੋ ਸ਼ਹਿਰ ਕੇ ਨਾਏ, ਸਰਹੰਦ ਦੇ ਲੋਕ ਤੋਬਾ ਤੋਬਾ ਕਰਨ ਲੱਗੇ, ਕਹਿੰਦੇ ਇਸ ਵਜ਼ੀਰੇ ਨੇ ਸਾਡਾ ਬੇੜਾ ਗਰਕ ਕਰ ਦਿੱਤਾ, ਇਹ ਪਾਪੀ ਨੇ ਸਾਡਾ ਨਾਸ ਕਰ ਦਿੱਤਾ, ਕੀਤਾ ਤਾਂ ਇਹਨੇ, ਹੁਣ ਭੁਗਤਣਾ ਸਾਨੂੰ ਸਾਰਿਆਂ ਨੂੰ ਪਏਗਾ। ਹਾਂਜੀ, ਸੋ ਦੁੱਖ ਸੋ ਮੁਖ ਗੁਰ ਕਹਿਓ, ਜੋ ਗੁਰੂ ਸਾਹਿਬ ਜੀ ਨੇ ਆਪਣੇ ਮੂੰਹ ਤੋਂ ਕਿਹਾ ਵੀ ਸਰਹੰਦ ਦੀ ਇੱਟ ਨਾਲ ਇੱਟ ਸਿੰਘ ਖੜਕਾ ਦੇਣਗੇ, ਇੱਟ ਦਰਿਆਏ ਪਾਏ ਔਰ ਇਹਦੀਆਂ ਇੱਟਾਂ ਦਰਿਆਵਾਂ ਚ ਰੋੜ ਦੇਣਗੇ। ਚਾਉ ਪਈ ਸੋ ਵਕਤ ਅਬ ਜਾਨੀਅਤ ਆਇਆ, ਉਹ ਲੋਕ ਕਹਿੰਦੇ ਉਹ ਟਾਈਮ ਆ ਗਿਆ ਜਿਹੜਾ ਗੁਰੂ ਗੋਬਿੰਦ ਸਿੰਘ ਸਰਾਪ ਦੇ ਗਏ ਨੇ, ਸਤਿਗੁਰ ਬਚਨ ਨਾ ਖਾਲੀ ਜਾਇਆ, ਉਹਨਾਂ ਦਾ ਬਚਨ ਖਾਲੀ ਨਹੀਂ ਜਾਣਾ, ਉਸਕੇ ਕਰਨੀ ਹਮ ਸਿਰ ਆਈ, ਉਹ ਬੰਦ ਇਹਦੀ ਵਜ਼ੀਰ ਖਾਨ ਦੀ ਕਰਤੂਤ ਸਾਡੇ ਸਿਰ ਆ ਗਈ, ਸਾਨੂੰ ਭੁਗਤਣੀ ਪਏਗੀ ਸਾਰਿਆਂ ਨੂੰ। ਐਸੇ ਆਖੇ ਸਹਿਰ ਲੁਕਾਈ, ਇਸ ਤਰ੍ਹਾਂ ਲੋਕ ਹਿੰਦੂ ਮੁਸਲਮਾਨ ਕੰਨਾਂ ਨੂੰ ਹੱਥ ਲਾਉਂਦੇ, ਤੋਬਾ ਤੋਬਾ ਕਰਦੇ ਹੈ, ਡਰੀ ਬੈਠੇ ਹੈ ਸਾਰੇ। ਦੋਹਰਾ ਕਹੇ ਸਿੱਖ ਪਛਤਾਏ ਤਬ, ਸੋ ਲਖਣੈ ਮਸੰਦੇ ਬਸੰਦੇ ਬਾਤ, 1400 ਘਰ ਸਿੱਖਾਂ ਦੇ ਵੀ ਸੀਗੇ ਸਰਹੰਦ ਵਿੱਚ, ਹਿੰਦੂਆਂ ਦੇ ਵੱਖਰੇ ਸਿੱਖਾਂ ਦੇ 1400 ਘਰ ਸੀਗੇ, ਤੇ ਉਹ ਆਪਸ ਚ ਹੁਣ ਗੱਲਾਂ ਕਰਦੇ ਅਸੀਂ ਵੀ ਮਾਰੇ ਜਾਵਾਂਗੇ, ਕਿਉਂਕਿ ਸੁਲੱਖਣੇ ਮਸੰਦ ਨੇ ਸਾਡੀ ਉਦੋਂ ਗੱਲ ਨਹੀਂ ਸੁਣੀ। ਸੁਲੱਖਣਾ ਮਸੰਦ ਸੀ ਸਰਹੰਦ ਦਾ, ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਨੇ ਉਹ ਡਰ ਕੇ ਅੰਦਰ ਵੜ ਗਿਆ, ਸਿੱਖ ਵੀ ਵੜ ਗਏ, ਅਤੇ ਇਹਨਾਂ ਨੇ ਕਿਸੇ ਨੇ ਫਰਿਆਦ ਵੀ ਨਹੀਂ ਕੀਤੀ ਜਾ ਕੇ ਵੀ ਪੈਸੇ ਲੈ ਕੇ ਛੱਡ ਦਿਓ ਜਾਂ ਕੋਈ ਗੱਲ ਕਰ ਲਓ। ਜਾਉ ਤੂੰ ਹਮ ਕੋ ਆਖ ਤੋ ਮਰਤ ਗੁਰਨ ਸੁਤ ਸਾਥ, ਅਤੇ ਜੇ ਸੁਲੱਖਣਿਆ ਤੂੰ ਸਾਨੂੰ ਕਹਿ ਦਿੰਦਾ ਨਾ ਅਸੀਂ ਸਾਹਿਬਜ਼ਾਦਿਆਂ ਦੇ ਨਾਲ ਹੀ ਮਰ ਜਾਂਦੇ, ਅੱਜ ਤਾਂ ਨਾ ਮਰਦੇ ਸਿੱਖਾਂ ਦੇ ਹੱਥੋਂ, ਉਦੋਂ ਮਰ ਜਾਂਦੇ, ਤੇ ਉਦੋਂ ਨੀ ਮਰੇ ਹੁਣ ਮਰਨਾ ਪਏਗਾ। ਚਾਉ ਪਈ ਤੂੰ ਕਹਿ ਹਮ ਤੇ ਦਰਬ ਦਿਲਾਵਤ, ਜੇ ਤੂੰ ਕਹਿ ਕੇ ਸਾਡੇ ਕੋਲੋਂ 1400 ਬੰਦਿਆਂ ਦੇ ਸਿੱਖਾਂ ਦੇ ਘਰਾਂ ਚੋਂ ਪੈਸਾ ਇਕੱਠਾ ਕਰ ਲੈਂਦਾ ਤੂੰ ਮੋਹਰੇ ਹੋ ਜਾਂਦਾ, ਤੇ ਲੱਖਾਂ ਰੁਪਈਆ ਇਕੱਠਾ ਹੋ ਸਕਦਾ ਸੀ। ਸਾਥ ਸਵਰਨ ਔ ਮੋਤੀ ਤੁਲਾਵਤ, ਅਸੀਂ ਸੋਨੇ ਮੋਤੀ ਨਾਲ ਵੀ ਤੋਲ ਕੇ ਸਾਹਿਬਜ਼ਾਦੇ ਛਡਾ ਲੈਂਦੇ, ਤੇ ਇਹ ਹਾਲਤਾਂ ਨਾ ਹੁੰਦਾ ਸਾਡੇ ਸ਼ਹਿਰ ਦਾ। ਸੋ ਦਰਬ ਸਭ ਲੁੱਟੇ ਜਾਊਗ, ਉਹ ਸਾਡਾ ਲੱਖਾਂ ਕਰੋੜਾਂ ਰੁਪਈਆ ਲੁਟੇਰੇ ਲੁੱਟ ਕੇ ਲੈ ਜਾਣਗੇ, ਅਸੀਂ ਮਾਰੇ ਜਾਵਾਂਗੇ। ਪ੍ਰਾਣ ਹਮੈ ਲੈ ਸੰਗ ਸਿਧਾਉ, ਇਹ ਪੈਸਾ ਫਿਰ ਵੀ ਨਹੀਂ ਰਹਿਣਾ ਸਾਡੇ ਕੋਲ, ਤੇ ਸਾਡੀ ਜਾਨਾਂ ਵੀ ਜਾਣਗੀਆਂ। ਇਹ ਗੱਲਾਂ ਹੁਣ ਸਿੱਖ ਕਰਦੇ ਆ ਜਿਹੜੇ ਸਰਹੰਦ ਵਿੱਚ ਰਹਿੰਦੇ ਸੀਗੇ, ਪਰ ਹੁਣ ਲੰਘਿਆ ਹੋਇਆ ਟਾਈਮ, ਉਹ ਹੱਥ ਨਹੀਂ ਆਉਂਦਾ, ਵਕਤ ਹੀ ਹੁੰਦਾ, ਉਹ ਟਾਈਮ ਲੰਘ ਚੁੱਕਾ ਜਦੋਂ 13 ਪੋਹ ਦਾ ਖੂਨੀ ਦਿਹਾੜਾ ਸੀਗਾ, 1704 ਦੇ ਵਿੱਚ ਸਾਧ ਸੰਗਤ ਜੀ ਨੀਹਾਂ ਵਿੱਚ ਚਿਣ ਕੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ। ਉਸ ਸਮੇਂ ਨੂੰ ਸਿੱਖ ਤਾਂ ਕੀ ਹਿੰਦੂ ਮੁਸਲਮਾਨ ਸਾਰੇ ਯਾਦ ਕਰ ਕਰਕੇ ਪਛਤਾ ਰਹੇ ਨੇ, ਪਰ ਉਹ ਹੁਣ ਜੋ ਕੰਮ ਹੋ ਚੁੱਕਾ ਹੈ ਉਹ ਹੱਥ ਨਹੀਂ ਆ ਰਿਹਾ। ਸੋ ਇਹ ਕਥਾ ਸਰਹੰਦ ਦੀ, ਫਿਰ ਕਿਵੇਂ ਕਿਵੇਂ ਸਿੰਘਾਂ ਨੇ ਮੋਰਚੇ ਮਾਰੇ ਬਾਬੇ ਬੰਦੇ ਬਹਾਦਰ ਨੇ, ਉਹ ਥੋੜ੍ਹਾ ਥੋੜ੍ਹਾ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅਤੇ ਇਹ ਇਤਿਹਾਸ ਪੰਥ ਪ੍ਰਕਾਸ਼ ਦਾ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ, ਸਾਡਾ ਆਪਣੇ ਘਰ ਦਾ ਇਤਿਹਾਸ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਅੰਧ ਗੁਪ ਮਹਾ ਭਿਆਨ ਨਾਨਕ ਪਾਲ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ।